अपनी आशीषें और बरकतों को पाने के लिए सब्सक्राइब कीजिए अबनेजर चर्च बिलगा को और इस बेल आइकन को दबाएं लेटेस्ट अपडेट सबसे पहले देखने के लिए। वो याद रहती है इदा करना है। हालेलुया हालेलुया ਪਰ ਬਚਨ ਉਹ ਯਾਦ ਨਹੀਂ ਰਹਿੰਦਾ। ਅੱਜ ਮੈਂ ਦੱਸਾਂਗਾ ਪਾਪ ਕੀ ਆ। ਹਾਲੇਲੂਯਾ ਹਾਲੇਲੂਯਾ। ਪਿਛਲੇ ਐਤਵਾਰ ਆਪਾਂ ਪੜਿਆ ਸੀਗਾ ਕਿ ਹੱਥ ਧੋਣ ਦੇ ਨਾਲ ਪਾਪ, ਧੋਣ ਜਾਂ ਨਾ ਧੋਣ ਦੇ ਨਾਲ ਕੋਈ ਵੱਡੀ ਗੱਲ ਨਹੀਂ, ਜੋ ਤੇਰੇ ਅੰਦਰੋਂ ਨਿਕਲਦਾ ਉਹ ਕੀ ਆ, ਭ੍ਰਿਸ਼ਟ ਕਰਦਾ ਤੈਨੂੰ ਪਾਪੀ ਬਣਾਉਂਦਾ। ਹਾਲੇਲੂਯਾ ਹਾਲੇਲੂਯਾ। ਕਿੰਨਿਆਂ ਨੇ ਮਾਫ਼ ਕੀਤਾ ਆਪਣੇ, ਕਿੰਨਿਆਂ ਨੇ ਸੁਧਾਰ ਕੀਤਾ ਆਪਣੇ ਜੀਵਨ ਚ। ਹਾਲੇਲੂਯਾ। ਗੀਤ ਗਾਉਂਦੇ ਆ ਮੈਂ ਤੇਰੀ ਭੇਡ ਗਵਾਚੀਆਂ। ਹਾਲੇਲੂਯਾ। ਸੱਚਮੁੱਚ ਅੱਜ ਦਾ ਵਿਸ਼ਵਾਸੀ ਗਵਾਚਾ ਹੋਇਆ, ਸੱਚਮੁੱਚ ਅੱਜ ਦਾ ਮਸੀਹੀ ਗਵਾਚਾ ਹੋਇਆ। ਹਾਲੇਲੂਯਾ। ਦੁਨਿਆਵੀ ਕੰਮਾਂ ਦੇ ਵਿੱਚ, ਦੁਨਿਆਵੀ ਬਰਕਤਾਂ ਦੇ ਵਿੱਚ। ਹਾਲੇਲੂਯਾ। ਪਿਛਲੀ ਵਾਰੀ ਆਪਾਂ ਬੱਚੇ ਨੂੰ ਪੜਿਆ ਸੀ ਕਿ ਹੱਥ ਧੋਣ ਦੇ ਨਾਲ ਜਾਂ ਨਾ ਧੋਣ ਦੇ ਨਾਲ ਬੰਦਾ ਪਾਪੀ ਨਹੀਂ, ਜੋ ਉਹਦੇ ਅੰਦਰੋਂ ਨਿਕਲਦਾ ਉਹਦੇ ਨਾਲ ਕੀ ਹੁੰਦਾ, ਪਾਪ ਹੁੰਦਾ। ਹਾਲੇਲੂਯਾ ਹਾਲੇਲੂਯਾ। ਸਾਨੂੰ ਪਤਾ ਹੀ ਨਹੀਂ ਲੱਗਦਾ ਸੀ ਕਿੱਥੇ ਪਾਪ ਕਰ ਜਾਂਦੇ, ਕੀ ਕਹਿੰਦੇ ਆ ਇਹ ਚੰਦ ਦੀ ਜਵਾਨ ਹੈ ਭਾਈ ਫਿਸਲ ਗਈ। ਹਾਲੇਲੂਯਾ। ਅੱਜ ਇਸੇ ਕਰਕੇ ਬਿਮਾਰੀਆਂ ਦੇ ਰੋਗ ਸਾਡੇ ਵਿੱਚ, ਬਿਮਾਰੀਆਂ ਤੇ ਰੋਗ ਸਾਡੇ ਵਿੱਚ। ਕੀ ਮੈਂ ਸਹੀ ਦੱਸਿਆ? ਪਿਛਲੇ ਐਤਵਾਰ ਬੱਚੇ ਕਿਹੜਾ ਸੀ, ਬਿਮਾਰੀਆਂ ਹੋ ਗਈਆਂ। ਅਧਰੰਗੀ ਨੂੰ ਪ੍ਰਭੂ ਯਸੂ ਸੀ ਨੇ ਕਿਹਾ ਚੰਗਾ ਨਹੀਂ ਹੋ ਜਾ, ਉਮੀਦ ਗੱਲ ਗਈ ਕਹਿੰਦੇ ਜਾ ਤੇਰੇ ਪਾਪ ਸ਼ਮਾ ਹੋ ਗਏ, ਮੰਜੇ ਚੁੱਕ ਦੇ ਘਰ ਨੂੰ। ਹਾਲੇਲੂਯਾ। ਇੱਕ ਔਰਤ ਜਿਹਦੇ ਲੋਕ ਵੱਟੇ ਮਾਰਦੇ ਸੀ ਐਨ ਜਨਾਹ ਦੇ ਵਕਤ ਖੜੀ, ਉਹਨੂੰ ਕੀ ਕਹਿੰਦੇ ਪ੍ਰਭੂ ਯਸੂ, ਜਾ ਤੈਨੂੰ ਮਾਫ ਕੀਤਾ, ਇਦੋਂ ਬਾਅਦ ਇਹ ਗਲਤੀ ਦੁਬਾਰਾ। ਕਿੰਨਿਆਂ ਨੂੰ ਪ੍ਰਭੂ ਯਸੂ ਜੀ ਨੇ ਕਿੰਨਾ ਦੇ ਪਾਪ ਮਾਫ ਕੀਤੇ ਸਾਡੇ ਵਿੱਚੋਂ, ਸਾਰੇ ਸਾਰੇ ਦੱਸੋ। ਹਾਲੇਲੂਯਾ। ਅਗਰ ਤੁਸੀਂ ਪਰਮੇਸ਼ਰ ਦਾ ਡਰ ਭਾਉ ਰੱਖਦੇ ਤੇ ਨੀਵੀਂ ਪਾਉਣੀ ਛੱਡੋ ਤੇ ਮੇਰੇ ਵੱਲ ਦੇਖੋ। ਹਾਲੇਲੂਯਾ। ਸਾਰੇ ਜਣੇ ਮੇਰੇ ਵੱਲ ਦੇਖੋ, ਮੈਂ ਕੁਛ ਬੋਲਦਾ ਆ ਔਰ ਕੁਛ ਦੱਸਦਾ ਪਿਆ। ਕਿੰਨਿਆਂ ਦੇ ਪਾਪ ਮਾਫ਼ ਹੋਏ, ਕਿੰਨਿਆਂ ਨੇ ਤੌਬਾ ਕੀਤੀ ਹੈ, ਬਪਤਿਸਮ ਕਿੰਨੇ ਹੋਏ। ਹਾਲੇਲੂਯਾ। ਪੱਕੀ ਗੱਲ ਹੈ ਪਾਪ ਮਾਫ਼ ਹੋ ਗਏ, ਮੂੰਹ ਨਾ ਕਹਿਣ ਦੇ ਨਾਲ ਹੀ। ਕਹਿੰਦਾ ਲੋਕ ਮੇਰੇ ਮੂੰਹ ਦੇ ਨਾਲ ਤਾਂ ਕੀ ਕਰਦੇ ਆ, ਧੰਨਵਾਦ ਕਰਦੇ, ਪਰ ਦਿਲ ਇਹਨਾਂ ਦੇ ਮੇਰੇ ਤੋਂ
ਅਗਰ ਹੋਣਾ ਆ ਤੇ ਅੱਜ ਅਸੀਂ ਬਿਮਾਰੀ ਵਿੱਚ ਕਿਉਂ ਆ, ਮੁਸ਼ਕਿਲ ਵਿੱਚ ਕਿਉਂ ਆ? ਹਾਲੇਲੂਯਾ, ਪ੍ਰਭੂ ਯਿਸੂ ਮਸੀਹ ਦੇ ਕੋਲ ਤਾਂ ਜਿੰਨੇ ਆਏ ਆ ਉਹਨੇ ਚੰਗੇ ਹੋ ਗਏ। ਹਾਲੇਲੂਯਾ। ਪਰ ਅੱਜ ਅਸੀਂ ਮੁਸ਼ਕਿਲ ਦੇ ਵਿੱਚ ਕਿਉਂ ਆ? ਅੱਜ ਦਾ ਵਿਸ਼ਵਾਸੀ ਦੁਨਿਆਵੀ ਬਰਕਤਾਂ ਦੁਨਿਆਵੀ ਚੀਜ਼ਾਂ ਦੇ ਪਿੱਛੇ ਲੱਗਾ ਹੋਇਆ। ਕੀ ਕਹਿੰਦਾ? ਜਲਦੀ ਜਲਦੀ ਮੈਨੂੰ ਗੱਡੀ ਮਿਲ ਜਾਏ, ਜਲਦੀ ਜਲਦੀ ਮੈਨੂੰ ਘਰ ਮਿਲ ਜਾਏ, ਜਲਦੀ ਜਲਦੀ ਮੇਰਾ ਵੀਜ਼ਾ ਲੱਗ ਜਾਏ, ਕੀ ਆ ਮੈਂ ਬਾਹਰ ਚਲ ਜਾ। ਇਹ ਨਹੀਂ ਕਹਿੰਦਾ ਜਲਦੀ ਜਲਦੀ ਮੈਨੂੰ ਵਚਨ ਦੀ ਸਮਝ ਲੱਗ ਜਾਏ, ਜਲਦੀ ਜਲਦੀ ਮੈਨੂੰ ਪਵਿੱਤਰ ਆਤਮਾ ਮਿਲ ਜਾਏ, ਜਲਦੀ ਜਲਦੀ ਮੈਂ ਆਪਣੇ ਪਾਪਾਂ ਦੀ ਤੋਬਾ ਕਰ ਲਵਾਂ, ਮੈਂ ਸਵਰਗ ਜਾਣਾ। ਹਾਲੇਲੂਯਾ। ਕਿਉਂਕਿ ਦੁਨਿਆਵੀ ਬਰਕਤਾਂ ਤੇ ਭੈਣੋ ਦੇ ਭਰਾਓ ਜਾਂਦੀਆਂ ਰਹਿਣੀਆਂ। ਇਹੀ ਆਤਮਿਕ ਤੇ ਸਰੀਰਕ ਵਿਸ਼ਵਾਸੀ ਦੇ ਵਿੱਚ ਫਰਕ ਹੈ। ਅੱਜ ਲੋਕ ਸਰੀਰਕ ਬਰਕਤਾਂ ਦੀ ਖੋਜ ਵਿੱਚ ਰਹਿੰਦੇ ਆ, ਪਰ ਆਤਮਿਕ ਬਰਕਤਾਂ ਤੋਂ ਕੀ ਆ? ਇਸੇ ਕਰਕੇ ਆਤਮਾ ਦੇ ਜਿਹੜੇ ਨੌ ਫਲ ਆ ਉਹ ਬਾਈਬਲ ਦੇ ਵਿੱਚ ਹੀ ਰਹਿ ਜਾਂਦੇ ਆ, ਮਨੁੱਖ ਦੇ ਵਿੱਚ ਪੈਦਾ ਨਹੀਂ ਹੁੰਦੇ। ਹਾਲੇਲੂਯਾ। ਮਨੁੱਖ ਚ ਪੈਦਾ ਨਹੀਂ ਹੁੰਦੇ। ਅਗਰ ਮਨੁੱਖ ਚ ਪੈਦਾ ਹੋ ਜਾਣ ਜਦ ਕੌਮ ਕੌਮ ਤੇ ਚੜਾਈ ਨਾ ਕਰੇ, ਭੈਣ ਭਰਾ ਇੱਕ ਦੂਸਰੇ ਦੇ ਲਾਲਚ ਨਾ ਪਾਓ, ਅਸੀਂ ਇੱਕ ਦੂਸਰੇ ਨੂੰ ਸ਼ਰਮਿੰਦਾ ਨਾ ਕਰੀਏ, ਫਿਰ ਕੋਈ ਸਾਨੂੰ ਉੱਚੀ ਨੀਵੀਂ ਗੱਲ ਕਹਿ ਵੀ ਦੇਵੇ ਤਾਂ ਕੀ ਆ ਅਸੀਂ ਮਾਫ ਕਰ ਦਵਾਂਗੇ। ਪ੍ਰਭੂ ਯਿਸੂ ਮਸੀਹ ਦੇ ਮੂੰਹ ਤੇ ਥੁੱਕਿਆ ਗਿਆ, ਦਾੜੀ ਨੂੰ ਪੱਟਿਆ ਗਿਆ, ਕਲਵਰੀ ਤੇ ਟੰਗਿਆ ਗਿਆ, ਸਲੀਬ ਤੇ ਦੇ ਦਿੱਤਾ, ਤੇ ਕੀ ਕਹਿੰਦੇ ਇਹਨਾਂ ਨੂੰ ਮਾਫ ਕਰੇ ਨਹੀਂ ਜਾਣਦੇ? ਕਿਉਂਕਿ ਉਹਨੂੰ ਪਤਾ ਸੀ ਕਿ ਇਹ ਪ੍ਰੇਮ ਕਰਨਾ ਨਹੀਂ ਜਾਣਦੇ, ਇਹਨਾਂ ਦੇ ਜੀਵਨਾਂ ਤੇ ਕੀ ਆ ਪਾਪ ਆ, ਇਹਨਾਂ ਦੀਆਂ ਜ਼ਿੰਦਗੀਆਂ ਚ ਕੀ ਆ ਸ਼ੈਤਾਨ ਅੰਧਕਾਰ ਰਾਜ ਕਰਨਾ। ਅੱਜ ਇਨਸਾਨ ਜਾਣਦਾ ਨਹੀਂ ਉਹਦੇ ਜੀਵਨ ਚ ਰਾਜ ਕੌਣ ਕਰਨਾ। ਹਾਲੇਲੂਯਾ। ਹਾਲੇਲੂਯਾ। ਕੀ ਕੀ ਨੇ ਬਿਮਾਰੀ ਆ ਤੇ ਡੀਐਮਸੀ ਚੱਲ ਲੋ ਭਾਈ, ਰਾਜ ਲੱਭੋ, ਕਿਹਦਾ ਰਾਜ ਆ ਸਾਡੇ ਜੀਵਨ ਚ? ਪਰਮੇਸ਼ਰ ਦਾ ਰਾਜ ਆ ਕਿ ਸ਼ੈਤਾਨ ਦਾ ਰਾਜ ਆ? ਪਰਮੇਸ਼ਰ ਦਾ। ਹਾਲੇਲੂਯਾ। ਜਿੱਦਾਂ ਪਰਮੇਸ਼ਰ ਦਾ ਰਾਜ ਆ ਤੁਹਾਡੇ ਜੀਵਨ ਚ ਤਾਂ ਤੁਹਾਨੂੰ ਸ਼ਾਂਤੀ ਹੋਵੇਗੀ। ਹਾਲੇਲੂਯਾ। ਤੁਸੀਂ ਥੋੜੇ ਵਿੱਚ ਵੀ ਆਨੰਦਿਤ ਹੋ, ਤੁਸੀਂ ਦੁਨਿਆਵੀ ਚੀਜ਼ਾਂ ਦੀ ਖੋਜ ਵਿੱਚ ਨਹੀਂ ਰਹੋਗੇ, ਪਰਮੇਸ਼ਰ ਦੀਆਂ ਬਰਕਤਾਂ ਆਸ਼ੀਸ਼ਾਂ ਦੇ ਵੱਲ ਦੌੜੋਗੇ। ਹਾਲੇਲੂਯਾ। 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 ਫਿਰ ਦੁਨਿਆਵੀ ਚੀਜ਼ਾਂ ਦੀ ਖੋਜ ਵਿੱਚ ਨਾ ਰਵਾਂਗੇ, ਫਿਰ ਰੱਬ ਦੇ ਉਹ ਹੁਕਮ ਨੂੰ ਪੂਰਾ ਕਰਾਂਗੇ। ਕਹਿੰਦਾ ਮੇਰਾ ਖੁਦਾ ਕਹਿੰਦਾ ਝੂਠ ਨਾ ਬੋਲੀ, ਮੇਰਾ ਖੁਦਾ ਕਹਿੰਦਾ ਕਿਸੇ ਦੇ ਨਾਲ ਬੁਰਾ ਨਾ ਕਰੀ। ਹਾਲੇਲੂਯਾ। ਹਾਲੇਲੂਯਾ। ਮੇਰਾ ਖੁਦਾ ਕਹਿੰਦਾ ਤੂੰ ਕਿਸੇ ਦੇ ਘਰ ਦਾ ਲਾਲਚ ਨਾ ਕਰੀ, ਮੇਰਾ ਖੁਦਾ ਕਹਿੰਦਾ ਆਪਣੇ ਮਾਂ ਬਾਪ ਦਾ ਆਦਰ ਕਰੀ। ਫਿਰ ਇਹ ਨਹੀਂ ਕਹੂੰਗਾ ਕਿ ਹੀਰਾ ਫੇਰੀ ਦੇ ਨਾਲ ਪੈਸਾ, ਫਿਰ ਉਹਦੇ ਵਿੱਚ ਬੇਵਿਚਾਰ ਪਾਪ ਆ ਸਾਰੀਆਂ ਗੱਲਾਂ, ਈਰਖਾ ਕਰਨ ਵਾਲੀ ਸ਼ਰਾਬ, ਫਿਰ ਏਦਾਂ ਦੇ ਕੰਮ ਨਹੀਂ ਹੋਣਗੇ। ਅੱਜ ਲੋਕਾਂ ਦੇ ਹਾਲਾਤ ਕਿਹੋ ਜਿਹੇ ਆ? ਬੈਪਟਿਜ਼ਮ ਵੀ ਲਿਆ ਹੋਇਆ, ਪਾਪ ਵੀ ਕਰੀ ਜਾ ਰਿਹਾ, ਕਹਿੰਦਾ ਇਹ ਤੂੰ ਚੰਗਾ ਤਾਂ ਤੂੰ ਰੱਬ ਨੂੰ ਜਾਣਦਾ ਹੀ ਆ, ਉਹ ਤੋਂ ਦੂਰ ਰਹਿੰਦਾ। ਕਹਿੰਦਾ ਜੇ ਤੂੰ ਬਿਨਚਾਰ ਹੀ ਕਰਨਾ ਸੀ, ਫਿਰ ਕਹਿੰਦਾ ਰੰਗ ਰਲੀਆਂ ਮਨਾਈ ਜਾਂਦਾ, ਕਹਿੰਦਾ ਇਹ ਤੂੰ ਚੰਗਾ ਤੂੰ ਖੁਦਾ ਨੂੰ ਜਾਣਦਾ ਹੀ ਨਾ। ਅੱਜ ਕਲਾਮ ਚ ਲਿਖਿਆ ਜਿਹੜੇ ਇਹ ਕੰਮ ਕਰਦੇ ਆ ਆਪਣੇ ਪਾਪਾਂ ਦਾ ਤੋਬਾ ਕਰਕੇ ਕਰਾਰ ਕਰਕੇ ਬੈਪਟਿਜ਼ਮ ਲੈ ਕੇ, ਕਹਿੰਦਾ ਉਹ ਉਸ ਤੋਂ
ਕੁੱਤੇ ਵਰਗੇ ਜਿਹੜਾ ਕਰੋਧੀ ਕਰਕੇ ਦੁਬਾਰਾ ਖਵਾ। ਕਲਾਮ ਚ ਇੱਦਾਂ ਲਿਖਿਆ ਹੋਇਆ। ਹਾਲੇਲੂਯਾ, ਹਾਲੇਲੂਯਾ। ਇਹਦਾ ਲੜਾਈ ਹੋਈ ਸੂਰ ਨੇ ਕਿੱਥੇ ਜਾਂਦੀ ਆ? ਇਹਦਾ ਉਹ ਲੋਕ ਫਿਰ ਦੁਬਾਰਾ ਪਾਪ ਨੂੰ ਚਲਦੇ। ਹਾਲੇਲੂਯਾ, ਹਾਲੇਲੂਯਾ। ਇਸੇ ਕਰਕੇ ਜਿਹਦਾ ਬਾਣੇ ਰੋਗੀ ਤੇ ਲਦਾਣੇ ਆ, ਲੋਕ ਪ੍ਰਭੂ ਭੋਜਤਾ ਲੈਂਦੇ ਆ ਪਰ ਕੀ ਆ ਆਪਣਾ ਜੀਵਨ ਠੀਕ ਨਹੀਂ। ਅਸੀਂ ਆਪਣਾ ਜੀਵਨ ਠੀਕ ਕਰ, ਉਹ ਕਹਿੰਦਾ ਤੂੰ ਆਪਣੇ ਆਪ ਨੂੰ ਆਈਨੇ ਚ ਦੇਖ ਕੇ ਆਪਣੇ ਆਪ ਨੂੰ ਦੇਖ। ਅੱਜ ਕੀ ਆ ਉਹ ਫਲਾਉਂਦੇ ਦੀ ਆਪ ਸੁਣਦੇ ਪਾਪ ਕਿੱਦਾਂ ਨੇ, ਕਹਿੰਦਾ ਤੇਰੇ ਕਿੱਦਾਂ ਨੇ, ਤੇਰੇ ਕਿੱਦਾਂ ਨੇ, ਤੂੰ ਆਪਣੇ ਵੱਲ ਦੇਖ, ਆਪਣੇ ਆਪ ਨੂੰ ਜਾਂਚ। ਚੱਲ ਅਸੀਂ ਕਿਸੇ ਨੂੰ ਗੱਲ ਕਹਿੰਦੇ ਹਾਂ, ਤੁਸੀਂ ਖੁਸ਼ ਹੁੰਦੇ ਦੇਖਿਆ ਕਿੱਦਾਂ ਹੋਇਆ, ਕਿੱਦਾਂ ਮਜ਼ਾਕ ਕਰਾਉਂਦਾ। ਮੈਂ ਇੱਕ ਕੱਲ ਐਨੀਮਲ ਵੀਡੀਓ ਦੇਖ ਰਿਹਾ ਸੀ, ਮੈਂ ਉਹ ਕੀ ਆ ਉਹ ਇੱਕ ਹੁੰਦੇ ਨਾ ਉਹ ਤੋਤੇ ਜਿਹੇ ਜਿਹੜੇ ਹੁੰਦੇ ਆ ਢਿੱਡਾ, ਉਹ ਇੱਦਾਂ ਪੱਤੇ ਦੇ ਉੱਤੇ ਜਿਹੜਾ ਵੀ ਕੋਈ ਜੀਵ ਆਣ ਕੇ ਬੈਠਦਾ ਤੇ ਉਹ ਇੱਦਾਂ ਲੱਤ ਨਾ ਹਿਲਾਉਂਦਾ ਤੇ ਕਦੀ ਕਿਸੇ ਨੂੰ ਕਿਤੇ ਚੱਕ ਕੇ ਮਾਰਦਾ, ਕਦੀ ਕਿਤੇ ਚੱਕ ਕੇ ਮਾਰਦਾ ਤੇ ਬਾਅਦ ਚ ਖੁਸ਼ ਹੁੰਦਾ, ਕਹਿੰਦਾ ਕਮਾਲ ਕੀ ਆ। ਫਿਰ ਉਹਦੀ ਵਾਰੀ ਆ ਜਾਂਦੀ, ਉਹ ਕਿੱਦਾਂ ਦੀ ਜਗ੍ਹਾ ਤੇ ਜਾ ਕੇ ਡਿੱਗਦਾ, ਕਚਰੇ ਚ ਜਾ ਕੇ ਡਿੱਗਦਾ, ਇੱਕ ਮੱਝ ਉਧਰੋਂ ਪੂਛ ਮਾਰਦੀ, ਇੱਕ ਉਧਰੋਂ ਮਾਰਦੀ, ਕੀ ਆ ਕੀ ਸਿੱਖਿਆ ਉੱਥੋਂ ਸਾਨੂੰ ਮਿਲੇ ਕਿ ਅਗਰ ਅਸੀਂ ਕਿਸੇ ਨੂੰ ਸਿੱਖਾਂਗੇ ਤੇ ਇੱਕ ਦਿਨ ਸਾਡੀ ਵਾਰੀ ਆਊਗੀ ਤੇ ਅਸੀਂ ਕਿੱਥੇ ਜਾਵਾਂਗੇ। ਹਾਲੇਲੂਯਾ। ਇਸ ਲਈ ਉਹ ਵਾਰੀ ਨਾ ਲੈ ਕੇ ਆਓ, ਉਹ ਵਾਰੀ ਖਤਮ ਕਰ ਦਿਓ। ਸਿੱਟਣਾ ਕਿਉਂ? ਸਿੱਟੋ ਤਾਂ ਸ਼ੈਤਾਨ ਨੂੰ ਸਿੱਟੋ, ਉਹਨੂੰ ਸ਼ਰਮਿੰਦਾ ਕਰੋ। ਅੱਜ ਦਾ ਵਿਸ਼ਵਾਸੀ ਹਨੇਰੇ ਵਿੱਚ ਆ। ਹਾਲੇਲੂਯਾ। ਅੱਜ ਦਾ ਵਿਸ਼ਵਾਸੀ ਕੀ ਆ? ਪਾਪ ਕਰਦਾ ਪਿਆ, ਇਹਦੀਆਂ ਕਹਿੰਦਾ ਪ੍ਰਭੂ ਤੇਰੇ ਸੱਚੇ ਭਗਤ ਮੁੱਕ ਗਿਆ, ਮੈਂ ਇਕੱਲਾ ਹੀ ਰਹਿ ਗਿਆ, ਕੀ ਕਰਾਂ, ਕਿੱਥੇ ਜਾਵਾਂ? ਅੱਜ ਭਗਤ ਮੁੱਕ ਗਏ, ਪ੍ਰਭੂ ਸੱਚੇ ਭਗਤਾਂ ਦੀ ਖੋਜ ਕਰਦੇ। ਅੱਜ ਲੋਕ ਕਹਿੰਦੇ ਆ ਪੈਸੇ ਲੈ ਲਓ ਸਾਨੂੰ ਚੰਗਾ ਕਰ ਦਿਓ, ਖੁਦਾ ਕਹਿੰਦਾ ਆਪਣਾ ਦਿਲ ਦੇ ਦੇ, ਆਪਣੇ ਪਾਪ ਮੈਨੂੰ ਦੇ ਦੇ, ਆਪਣੀਆਂ ਗਲਤੀਆਂ ਮੈਨੂੰ ਦੇ ਦੇ, ਤੂੰ ਆਜ਼ਾਦ ਹੋ ਜਾਏਗਾ। ਅਸੀਂ ਕਹਿੰਦੇ ਨਹੀਂ 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 ਇਹ ਕੰਮ ਨਹੀਂ ਹੋ ਰਿਹਾ, ਪੈਸੇ ਲੈ ਲਓ ਚੰਗਾ ਹੋ ਜਾਏ। ਬਾਣੀ ਚ ਲਿਖਿਆ ਇੱਕ ਵਿਅਕਤੀ ਔਰਸ ਤੇ ਸੌਰਸ ਦੀ ਤੁਲਨਾ, ਕੀ ਕਹਿੰਦਾ ਜਿਹੜਾ ਆਤਮਾ ਤੁਸੀਂ ਹੱਥ ਰੱਖਣ ਦੇ ਨਾਲ ਲੋਕਾਂ ਦੇ ਉੱਤੇ ਉਤਰਦਾ, ਇਹਦੇ ਕਿੰਨੇ ਪੈਸੇ ਆ, ਮੈਨੂੰ ਵੀ ਦੇ ਦਿਓ, ਮੇਰੇ ਤੋਂ ਪੈਸੇ ਹੀ ਲੈ ਲਓ। ਹਾਲੇਲੂਯਾ। ਅੱਜ ਲੋਕ ਪੈਸੇ ਨਾਲ ਪਵਿੱਤਰ ਆਤਮਾ ਮੰਗਦੇ ਆ, ਪੈਸੇ ਨਾਲ ਚੰਗਿਆਈ ਮੰਗਦੇ ਆ, ਪੈਸੇ ਨਾਲ ਛੁਟਕਾਰਾ ਮੰਗਦੇ ਆ। ਉਹ ਕਹਿੰਦਾ ਮੈਂ ਪੈਸੇ ਨਾਲ ਖੁਸ਼ ਨਹੀਂ ਹੁੰਦਾ, ਮੈਂ ਕਿਹਦੇ ਨਾਲ, ਤੇਰੇ ਨਾਲ, ਤੇਰੇ ਦਿਲ ਨਾਲ ਖੁਸ਼ ਹੁੰਦਾ, ਤੇਰੇ ਮਨ ਨਾਲ ਖੁਸ਼ ਹੁੰਦਾ, ਕਿਉਂਕਿ ਤੂੰ ਮੇਰਾ ਕੀ ਆ, ਮੰਦਰਿਆ, ਮੈਂ ਤੈਨੂੰ ਆਪਣਾ ਘਰ ਬਣਾਉਣਾ ਚਾਹੁੰਦਾ, ਤੇਰੇ ਨਾਲ ਗੱਲਾਂ ਕਰਨੀਆਂ ਚਾਹੁੰਦਾ। ਇਨਸਾਨ ਕਹਿੰਦਾ ਨਹੀਂ ਨਹੀਂ ਪਰਮੇਸ਼ੁਰ ਏਦਾਂ ਨਹੀਂ ਹੋ ਸਕਦਾ, ਕਿਉਂਕਿ ਮੈਂ ਤਾਂ ਪੰਜਾਬੀ ਗੀਤ ਵੀ ਸੁਣਨੇ ਆ, ਮੈਂ ਤਾਂ ਬੁਰਾ ਵੀ ਬੋਲਣਾ ਆ, ਮੈਂ ਬੁਰੀਆਂ ਗੱਲਾਂ ਵੀ ਕਰਨੀਆਂ ਆ, ਚੁਗਲੀਆਂ ਵੀ ਕਰਨੀਆਂ ਆ, ਪਾਪ ਵੀ ਕਰਨੇ ਆ, ਇਹ ਕਿੱਦਾਂ ਹੋ ਸਕਦਾ? ਨਹੀਂ ਤੂੰ ਪੈਸੇ ਹੀ ਲੈ ਲੈ, ਨਹੀਂ ਭੈਣ ਕਿੱਥੋਂ, ਤੁਸੀਂ ਪਰਮੇਸ਼ੁਰ ਨੂੰ ਪੁਕਾਰ ਕੇ ਦੇਖੋ ਇਸ ਜੀਵਨ ਦਾ ਆਨੰਦ ਲੱਭੋ। ਹਾਲੇਲੂਯਾ। ਫਿਰ ਤੁਹਾਨੂੰ ਪੀੜ ਵੀ ਹੋਏਗੀ,
ਉਹ ਪੀੜ ਵੀ ਕੀ ਹੋ ਜਾਏਗੀ, ਸ਼ਹਿਦ ਵਰਗੀ ਮਿੱਠੀ ਹੋ ਜਾਏਗੀ। ਹਾਲੇਲੂਯਾ ਹਾਲੇਲੂਯਾ। ਅੱਜ ਲੋਕਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਕੀਆ ਏਟੀਐਮ ਬਣਾ ਲਿਆ, ਬਰਕਤ ਦਾ ਜ਼ਰੀਆ ਬਣਾ। ਉਹ ਕਹਿੰਦਾ ਨਹੀਂ, ਪ੍ਰਭੂ ਯਿਸੂ ਮਸੀਹ ਲੋਕਾਂ ਦੇ ਕੀ ਕਰਨਾ ਹੈ, ਪਾਪ ਮਾਫ ਕੀ ਕਰਨਾ ਹੈ, ਪਾਪ ਪਾਪ ਦੱਸਣਾ ਹੈ, ਪਾਪ ਮਾਫ ਕਰਨਾ, ਪਾਪ ਤੋਂ ਛੁਟਕਾਰਾ ਦਵਾਉਣ ਦੀ ਲਿਆ, ਮੁਕਤ ਕਰਨ ਦੇ ਲਈ ਆਇਆ। ਅਸੀਂ ਕੀ ਕਹਿੰਦੇ ਹਾਂ, ਪ੍ਰਭੂ ਰਸੋਈ ਚ ਰਾਸ਼ਨ ਖਤਮ ਹੋ ਗਿਆ, ਜਲਦੀ ਜਲਦੀ ਕੋਈ ਬੰਦਾ ਭੇਜਣਾ, ਨਵੇਂ ਕੱਪੜੇ ਲੈਣੇ ਆ। ਹਾਲੇਲੂਯਾ ਹਾਲੇਲੂਯਾ। ਪ੍ਰਭੂ ਯਿਸੂ ਮਸੀਹ ਕੀ ਕਰਨਾ ਹੈ, ਪਾਪ ਮਾਫ ਕਰਨਾ ਹੈ, ਕਿਉਂਕਿ ਇਨਸਾਨ ਪਾਪ ਵਿੱਚ ਸੀਗਾ, ਲਿਖਿਆ ਆਦਮ ਤੋਂ ਪਾਪ ਹੋ ਗਿਆ ਤੇ ਸਾਰੀ ਦੁਨੀਆ ਵਿੱਚ ਫੈਲ ਗਿਆ। ਤੇ ਪ੍ਰਭੂ ਯਿਸੂ ਮਸੀਹ ਦਾ ਆਉਣਾ ਇਸ ਕਰਕੇ ਸੀ ਕਿ ਤਾਂ ਕਿ ਇਨਸਾਨ ਪਾਪ ਤੋਂ ਛੁਟਕਾਰਾ ਪਾ ਸਕੇ, ਮੌਤ ਤੋਂ ਛੁਟਕਾਰਾ ਪਾ ਸਕੇ। ਤੇ ਉਹਦਾ ਮੇਲ ਕਿਹਦੇ ਨਾਲ ਹੋ ਜਾਵੇ, ਕਿਹਦੇ ਨਾਲ ਹੋ ਜਾਵੇ, ਕਿਹਦੇ ਨਾਲ ਹੋ ਜਾਵੇ, ਤੇ ਅੱਜ ਕਿਹਦੇ ਨਾਲ, ਵਧੀਆ ਕੋਠੀ ਨਾਲ, ਵਧੀਆ ਗੱਡੀ ਨਾਲ। ਹਾਲੇਲੂਯਾ ਹਾਲੇਲੂਯਾ। ਮੇਰੇ ਭੈਣੋ ਤੇ ਭਰਾਓ, ਮੇਲ ਕਰਨਾ ਤੇ ਯਿਸੂ ਮਸੀਹ ਦੇ ਨਾਲ ਕਰੋ, ਪਰਮੇਸ਼ਰ ਨਾਲ ਕਰੋ। ਉਹ ਮੇਲ ਕਿੱਦਾਂ ਹੋਊਗਾ, ਉਹਦੀ ਬਾਣੀ ਦੇ ਨਾਲ, ਉਹਦੇ ਅੱਗੇ ਸਮਰਪਣ ਕਰਕੇ। ਅਗਰ ਸਾਡਾ ਰੱਬ ਦੇ ਨਾਲ ਮੇਲ ਹੋ ਗਿਆ ਤੇ ਕੀ ਆ, ਦੁਸ਼ਮਣ ਵੀ ਮਿੱਤਰ ਬਣ, ਦੁਸ਼ਮਣ ਵੀ ਮਿੱਤਰ ਬਣ, ਨਹੀਂ ਤਾਂ ਜਿਹੜਾ ਮਿੱਤਰ ਆ ਉਹ ਵੀ ਸਾਡਾ ਦੁਸ਼ਮਣ। ਕਲਾਮ ਚ ਲਿਖਿਆ ਪੈਸਾ ਕੀ ਆ, ਬੁਰਾਈ ਦੀ, ਪੈਸਾ ਕੀ ਆ, ਬੋਲੋ ਬੋਲੋ ਜਰਾ, ਗੱਲਾਂ ਕਰਿਆ ਕਰੋ ਭੈਣ ਜੀ, ਚੁੱਪ ਕਰਕੇ ਨਾ ਬੈਠਿਆ ਕਰੋ, ਨੀਵੀਂ ਪਾ ਕੇ ਕਿਸੇ ਨੇ ਨੀ ਬੈਠਣਾ। ਹਾਲੇਲੂਯਾ ਹਾਲੇਲੂਯਾ। ਆਪਾਂ ਕਹਿੰਦੀ ਹਜ਼ੂਰੀ ਚਾ ਜਰਾ ਠੀਕ ਹੋ ਕੇ ਬੈਠੋ, ਨੀਵੀਂ ਪਾ ਕੇ ਕਿਸੇ ਨੇ ਨੀ ਬੈਠਣਾ। ਹਾਲੇਲੂਯਾ ਹਾਲੇਲੂਯਾ। ਬੋਲੋ ਠੱਡ ਬਹੁਤ ਹੈ, ਹਾਲੇਲੂਯਾ ਹਾਲੇਲੂਯਾ। ਧੰਨਵਾਦ ਕਰੋ, ਆਪਾਂ ਕਮਰੇ ਚ ਜਿਹੜੇ ਖੁਦਾ ਦੇ ਸੇਵਕ ਓਪਨ ਵਿੱਚ ਬੰਦਗੀ ਕਰਦੇ ਉਹਨਾਂ ਦੀ ਕੰਡੀਸ਼ਨ ਦੇਖੋ, ਲੋਕ ਉੱਥੇ ਵੀ ਬੈਠੇ। ਹਾਲੇਲੂਯਾ 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 ਹਾਲੇਲੂਯਾ। ਖੁਦਾ ਉਹਨਾਂ ਨੂੰ ਬਲੈਸ ਕਰੇ, ਉਹਨਾਂ ਸੇਵਕਾਂ ਨੂੰ, ਉਹਨਾਂ ਲੋਕਾਂ ਨੂੰ। ਹਾਲੇਲੂਯਾ ਹਾਲੇਲੂਯਾ ਹਾਲੇਲੂਯਾ। ਇਸ ਲਈ ਅਸੀਂ ਆਪਣੇ ਆਪ ਨੂੰ ਪਵਿੱਤਰ ਕਰਨਾ, ਕਿੱਥੇ ਦੀ ਤਿਆਰੀ ਕਰਨੀ ਆ, ਕਿੱਥੇ ਦੀ ਤਿਆਰੀ ਕਰਨੀ ਆ, ਕੀ ਪਤਾ ਕੱਲ ਨੂੰ ਕਿਹਦੀ ਫੂਕ ਨਿਕਲ ਜਾਵੇ, ਕੋਈ ਗਰੰਟੀ ਨਹੀਂ। ਹਾਲੇਲੂਯਾ। ਕਿੱਦਾਂ ਕੱਲ ਦੀ ਚਿੰਤਾ ਨਾ ਕਰ, ਜੋ ਅੱਜ ਹੈ ਉਹਦੇ ਬਾਰੇ ਸੋਚ। ਅਸੀਂ ਸਰੀਰ ਦੀ ਸੇਵਾ ਕਰੀ ਜਾਂਦੇ ਹਾਂ, ਇਹਦੀ ਸੇਵਾ ਕਰਦੇ ਹਾਂ ਕਿ ਕਹਿੰਦੇ ਹਾਂ ਆਹ ਬਣਾ ਲਓ, ਆਹ ਬਣਾ ਲਓ, ਵਧੀਆ ਸਵਾਦ ਹੈ, ਟੇਸਟੀ ਹੈ। ਔਰ ਇਹ ਸਰੀਰ ਹੀ ਸਾਡੇ ਕੋਲ ਪਾਪ ਕਰਵਾਉਂਦਾ। ਸਰੀਰ ਕੀ ਕਰਾਉਂਦਾ, ਸਰੀਰ ਕੀ ਕਰਾਉਂਦਾ, ਆਤਮਾ ਕਹਿੰਦਾ ਉੱਠ ਕੇ ਪ੍ਰਾਰਥਨਾ ਕਰ, ਸਰੀਰ ਕਹਿੰਦਾ ਸੌਂ ਜਾ, ਠੰਡ ਹੋ ਗਿਆ। ਹਾਲੇਲੂਯਾ ਹਾਲੇਲੂਯਾ। ਇਸ ਲਈ ਮੇਰੇ ਭੈਣ ਤੇ ਭਰਾਓ, ਜਰਾ ਵਿਚਾਰ ਕਰੀਏ ਆਪਣੇ ਜੀਵਨਾਂ ਚ ਅਸੀਂ ਕਿੱਥੇ, ਸੋਚੋ ਅੱਜ ਅਸੀਂ ਉੱਥੇ ਕਿਉਂ। ਡਾਕਟਰ ਨੂੰ ਤਾਂ ਬੜੇ ਸਾਰੇ ਦੇ ਦਿੰਦੇ ਆ, ਪਰ ਪਰਮੇਸ਼ਰ ਕਹਿੰਦੇ ਪਾਦਰੀ ਸਾਹਿਬ ਹੱਥ ਟੈ ਡਿਆ, ਕੰਮ ਕਾਰ ਚੱਲਦਾ ਵੀ। ਡਾਕਟਰ ਵਾਲੇ ਕੀ ਕਹਿੰਦੇ, ਉਹ ਪਹਿਲਾਂ ਪਹਿਲਾਂ ਦਵਾਈ ਲੈ ਆਈਏ ਭਰਾਵਾ, ਮੁੜ ਕੇ ਦਰਦ ਪੈ ਜੂਗੇ ਤੂੰ ਫੜ ਕੇ ਵੀ ਲੈ ਆਉਂਦੀ।
ਹਾਲੇਲੂਇਆ। ਇਹ ਆ ਕਿ ਖੁਦਾ ਦੇ ਵਾਰੀ ਵੀ ਆਪਣੇ ਆਪ ਨੂੰ ਪਹਿਲ ਦੇ ਆਧਾਰ ਤੇ, ਪ੍ਰਾਰਥਨਾ ਚ ਪਹਿਲ ਦੇ ਆਧਾਰ ਤੇ, ਵਚਨ ਬਾਣੀ ਚ ਪੜ੍ਹਨ ਦੇ ਵਿੱਚ ਪਹਿਲ ਦੇ ਆਧਾਰ ਤੇ, ਰੋਜ਼ਾ ਰੱਖਣ ਵਿੱਚ, ਸੇਵਾ ਕਰਨ ਵਿੱਚ, ਗਵਾਹੀ ਦੇਣ ਵਿੱਚ, ਆਗਿਆਕਾਰੀ ਚ, ਵਿਸ਼ਵਾਸ ਵਿੱਚ, ਇੱਥੇ ਰੱਖੋ ਪਹਿਲੇ ਨੰਬਰ। ਅਗਰ ਸਾਡੀ ਲਾਸਟ ਐਂਡ ਫਾਸਟ ਚੋਇਸ ਯਿਸੂ ਆ, ਦੁਨੀਆਂ ਦੀਆਂ ਬਾਕੀ ਚੀਜ਼ਾਂ ਕਿੱਦਾਂ ਆਉਣਗੀਆਂ, ਦੌੜ ਦੌੜ ਕੇ ਆਉਣਗੀਆਂ ਤੁਹਾਡੇ ਵੱਲ, ਫਿਰ ਸ਼ੈਤਾਨ ਨੇ ਕਹਿਣਾ ਯਾਰ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਟੀਏ, ਇਹਦੀ ਤਾਂ ਕੋਈ ਹੋਰ ਚੁਆਇਸ ਹੀ ਹੈ, ਆਪਣੀ ਲਾਈਫ ਦੀ ਇੱਕੋ ਚੁਆਇਸ ਰੱਖ ਲੈ, ਪਹਿਲੀ ਵੀ ਯਿਸੂ ਤੇ ਆਖਰੀ ਵੀ ਯਿਸੂ। ਬਾਈਬਲ ਚ ਕਿੱਦਾਂ ਲਿਖਿਆ, ਅਲਫਾ ਤੇ ਓਮੇਗਾ, ਆਦਿ ਤੇ ਅੰਤ, ਪਹਿਲਾ ਤੇ ਪਿਛਲਾ। ਹਾਲੇਲੂਇਆ, 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 ਹਾਲੇਲੂਇਆ। ਇਸ ਲਈ ਲਾਸਟ ਐਂਡ ਫਾਸਟ ਚੋਇਸ ਯਿਸੂ ਨੂੰ, ਕਿੰਨੇ ਲੋਕ ਆਸ ਰੱਖਦੇ ਕਿ ਮੇਰਾ ਮੈਂ ਸਵਰਗ ਵਿੱਚ ਹੀ ਜਾਣਾ। ਹਾਲੇਲੂਇਆ, ਅਗਰ ਆਸ ਰੱਖਦੇ ਆ ਤੇ ਜਿਹੜਾ ਅੱਜ ਵਚਨ ਸੁਣਨ ਲੱਗੇ ਤੇ ਗੌਰ ਕਰੀਓ, ਹਾਲੇਲੂਇਆ, ਹਾਲੇਲੂਇਆ। ਜੇ ਆਸ ਰੱਖਦੇ ਕਿ ਅਸੀਂ ਸਵਰਗ ਵਿੱਚ ਜਾਣਾ ਆ ਤੇ ਬਾਈਬਲ ਪੜ੍ਹਨੀ ਸ਼ੁਰੂ ਕਰ ਦਿਓ, ਜੇ ਆਸ ਰੱਖਦੇ ਚੰਗੀਆਂ ਬਰਕਤਾਂ ਦੀ ਤਾਂ ਪਰਮੇਸ਼ੁਰ ਨੂੰ ਸਮਾਂ ਦੇਣਾ ਸ਼ੁਰੂ ਕਰ ਦਿਓ। ਅੱਜ ਪਾਪ ਖਤਮ ਕਰਨਾ ਚਾਹੁੰਦਾ ਪ੍ਰਭੂ ਯਿਸੂ ਸੀ ਸਾਡੇ ਜੀਵਨ ਚੋਂ, ਔਰ ਐਵੇਂ ਨਹੀਂ ਕਿਰਵਾਨ ਹੋ ਗਿਆ, ਐਵੇਂ ਨਹੀਂ 39 ਕੋੜੇ ਖਾਂਦੇ, 39 ਬਿਮਾਰੀਆਂ, 39 ਚੀਜ਼ਾਂ ਸਾਡੇ ਜੀਵਨ ਚੋਂ ਕੱਢ ਦਿੱਤੀਆਂ, ਤੇ ਅੱਜ ਕੀ ਆ, ਅਸੀਂ 39 ਦੀਆਂ 39 ਲੈ ਕੇ ਬੈਠੇ। ਸਾਡੇ ਕੋਲ ਯਿਸੂ ਸੀ ਨਹੀਂ, ਸਾਡੇ ਕੋਲ ਰੋਗ ਆ, ਅਗਰ ਯਿਸੂ ਹੋਵੇ ਤਾਂ ਅਸੀਂ ਰੋਗ ਮੁਕਤ ਹੋਈਏ, ਫਿਰ ਆਹ ਤਲਾਕ ਝੂਠਾ ਨਹੀਂ ਹੋ ਸਕਦਾ। ਹਾਲੇਲੂਇਆ, ਤੁਸੀਂ ਇੱਥੇ ਇੱਕ ਵਿਅਕਤੀ ਦੀ ਗੱਲ ਨਹੀਂ ਕੀਤੀ ਗਈ, ਤੁਸੀਂ ਦਾ ਮਤਲਬ ਕਿੰਨੇ ਕਿੰਨੇ ਲੋਕ ਹੋ ਗਏ, ਤੁਸੀਂ ਦਾ ਮਤਲਬ ਬਹੁਤ ਸਾਰੇ, ਹਾਲੇਲੂਇਆ, ਬਹੁਤ ਸਾਰੇ ਲੋਕਾਂ ਨੂੰ ਪਰਮੇਸ਼ੁਰ ਕਹਿ ਰਿਹਾ ਆਪਣੀ ਬੁੱਧ ਦਾ ਲੱਕ ਬਣੋ, ਕਹਿੰਦਾ ਆਪਣੀ ਬੁੱਧ ਉੱਤੇ ਗੌਰ ਕਰ, ਸੋਚ ਤੂੰ ਕਿੱਥੇ ਜਾ ਰਿਹਾ, ਸਵਰਗ ਵਿੱਚ ਕਿ ਨਰਕ ਵਿੱਚ। ਹਾਲੇਲੂਇਆ, ਅੱਜ ਕੀ ਕਹਿੰਦੇ ਜੇ ਨੈਣਾ ਮਾੜੀ ਜੀ ਗਲਤੀ ਕਰਦੇ ਤਾਂ ਆਪਾਂ ਨੂੰ ਦਬਕਾ ਮਾਰਦੇ, ਓਏ ਤੇਰੀ ਬੁੱਧ ਨਹੀਂ ਕੰਮ ਕਰਦੀ, ਤੂੰ ਆਹ ਨੁਕਸਾਨ ਕਰਤਾ। ਹਾਲੇਲੂਇਆ, ਕਹਿੰਦਾ ਬੁੱਧ ਉੱਤੇ ਲੱਕ ਬੰਨ ਕੇ ਸੁਚੇਤ ਰਹਿ, ਸੁਚੇਤ ਵਾਰਨਿੰਗ, ਕਹਿੰਦਾ ਤੇਰਾ ਬੈਰੀ ਬੁੱਕ ਦੇ ਸ਼ੀ ਵਾਂਗੂ ਫਿਰਦਾ, ਧਿਆਨ ਰੱਖੀ
ਤੇਰੀ ਛੋਟੀਆਂ ਛੋਟੀਆਂ ਗੱਲਾਂ ਚ ਫਸਾਵੇਗਾ, ਛੋਟੇ ਛੋਟੇ ਰਾਜ ਚ ਦੇਵੇਗਾ। ਹਾਲੇਲੂਯਾ। ਆ ਵੋਟਾਂ ਵੇਲੇ ਕੀ ਦਿੰਦੇ? ਲਾਲਚ ਦਿੰਦੇ। ਆ 500 ਦੇਵਾਂਗੇ ਜਾਂ ਬੂਟੀ ਵੀ ਲਵਾ ਕੇ ਦੇਵਾਂਗੇ, ਸਾਨੂੰ ਵੋਟ ਪਾ ਦਿਓ। ਉਹ 500 ਦੇ ਟੂਟੀ ਪੱਲੇ ਰਹਿੰਦੇ ਆ ਮੁੜ ਕੇ, ਜੇ ਆਪਾਂ ਕਿਤੇ ਕੋਈ ਕੰਮ ਕਰਾਉਣਾ ਹੋਵੇ ਤਾਂ ਤੈਨੂੰ 500 ਦਿੱਤਾ ਸੀ, ਤੇਰੀ ਟੂਟੀ ਤਾਂ ਲਾਈ ਸੀ। ਇਹਦੇ ਸ਼ੈਤਾਨ ਸਾਨੂੰ ਫਸਾਉਂਦਾ। ਹਾਲੇਲੂਯਾ। ਉਸ ਕਿਰਪਾ ਦੀ ਪੂਰੀ ਆਸ ਰੱਖੋ ਜਿਹੜੀ ਯਿਸੂ ਮਸੀਹ ਦੇ ਪ੍ਰਕਾਸ਼ ਹੋਣ ਸਮੇਂ, ਉਸ ਕਿਰਪਾ ਜਿਹੜੀ ਉਹਦੇ ਵੱਲੋਂ ਪੂਰੀ ਆਸ, ਕਹਿੰਦਾ ਪੂਰਾ ਵਿਸ਼ਵਾਸ ਰੱਖੋ, ਨਿਰਾਸ਼ਾ ਵਿੱਚ ਨਾ ਹੋ। ਅੱਜ ਮੁਸ਼ਕਿਲ ਵਿੱਚ ਹੋ ਸਕਦੇ, ਪਰੇਸ਼ਾਨੀ ਹੋ ਸਕਦੇ, ਪਰ ਸੁਚੇਤ ਰਹੋ। ਵਿਆਜ ਜਿਹੜੀ ਆ, ਵਿਆਜ ਕਦੋਂ ਲਾਉਂਦਾ? ਜਾਂ ਸਾਨੂੰ ਜ਼ਰੂਰਤ ਹੋਵੇ। ਕੀ ਕਹਿੰਦਾ? 5 ਰੁਪਏ ਲਾਊਂਗਾ। ਬੰਦਾ ਕਹਿੰਦਾ ਭਰਾਵਾ ਭੂਮਾ 10 ਲੈ ਲਈ, ਮੇਰੀ ਲੋੜ ਪੂਰੀ ਕਰ। ਸ਼ੈਤਾਨ ਵੀ ਸਾਨੂੰ ਏਦਾਂ ਹੀ ਫਸਾਉਂਦਾ, ਸ਼ੈਤਾਨ ਵੀ ਸਾਨੂੰ ਏਦਾਂ ਹੀ ਫਸਾਉਂਦਾ, ਕਹਿੰਦਾ ਹੁਣ ਉੜਕਿਆ ਆਇਆ, ਚੱਲ ਵੀ ਕਹਿੰਦਾ ਮੈਂ ਤੇਰੀ ਜਾਨ ਛੱਡ ਦਿੰਦਾ, ਤੇਰੀਆਂ ਜ਼ਰੂਰਤਾਂ ਪੂਰੀਆਂ ਕਰ ਦਿੰਦਾ, ਠੀਕ ਮੱਥਾ ਬੋਲ, ਝੂਠ ਕੱਢ ਗਾਲਾਂ। ਔਰਤ ਨੂੰ ਕੀ ਕਹਿੰਦਾ? ਤੇਰੀਆਂ ਅੱਖਾਂ ਖੁੱਲ ਜਾਣਗੀਆਂ, ਉਹ ਫਲ ਖਾ ਲਾ। ਪਰਮੇਸ਼ਵਰ ਨੇ ਤਾਂ ਕਹਿੰਦਾ ਤੈਨੂੰ ਐਵੇਂ ਹੀ ਕਹਿ ਦਿੱਤਾ। ਔਰਤ ਦੇ ਮਨ ਵਿੱਚ ਕੀ ਆ ਗਿਆ? ਲਾਲਚ। ਅੱਜ ਸਾਡੇ ਮਨ ਵਿੱਚ ਵੀ ਲਾਲਚ ਆ ਗਿਆ, ਠੀਕ ਹੈ, ਚੱਲ ਕੋਈ ਗੱਲ ਨੀ, ਜਿਹੜਾ ਦੇਖਦਾ। ਏਦਾਂ ਹੀ ਵਿਸ਼ਵਾਸੀ ਲੋਕ ਕਰਦੇ, ਬੈਪਟਿਜ਼ਮ ਲੈਂਦੇ ਆ, ਝੂਠ ਬੋਲਦੇ, ਪਾਪ ਕਰਦੇ, ਇੱਥੋਂ ਤੱਕ ਹੀ ਵਿਚਾਰ ਕਰਦੇ ਆ, ਗਲਤ ਫਰੈਂਡਸ਼ਿਪ, ਗਲਤ ਰਿਲੇਸ਼ਨਸ਼ਿਪ, ਏਦਾਂ ਦੇ ਕੰਮ ਕਰਦੇ। ਇਸ ਲਈ ਪਰਮੇਸ਼ਰ ਕਹਿੰਦਾ ਸੁਚੇਤ ਰਹੀ, ਪਰਮੇਸ਼ਰ ਤੇ ਆਸ ਰੱਖੀ। ਅੱਜ ਮੁਸ਼ਕਲ ਹੋ ਸਕਦੀ ਆ, ਕੱਲ ਨਹੀਂ ਹੋ ਸਕਦੀ। ਕਹਿੰਦਾ ਜਦੋਂ ਪ੍ਰਕਾਸ਼ ਹੋਵੇਗਾ, ਜਿਹੜੀ ਯਿਸੂ ਮਸੀਹ ਦੇ ਪ੍ਰਕਾਸ਼ ਹੋਣ ਸਮੇਂ, ਕਹਿੰਦਾ ਜਦੋਂ ਆਵੇਗਾ ਤੇ ਤੈਨੂੰ ਕਿੱਥੇ ਲੈ ਕੇ ਜਾਵੇਗਾ? ਸਵਰਗ ਵਿੱਚ ਲੈ ਕੇ ਜਾਵੇਗਾ, ਆਪਣੇ ਨਾਲ ਲੈ ਕੇ ਜਾਵੇਗਾ। ਜ਼ਮੀਨ ਤੇ ਵੀ ਹੋਵੇਗਾ ਜੇ ਤੂੰ ਤੰਗੀ ਚ ਹੋਵੇਗਾ, ਜਦੋਂ ਤੇਰੇ ਜੀਵਨ ਚ ਪ੍ਰਕਾਸ਼ਮਾਨ ਹੋਵੇਗਾ, ਉਹਦੀ ਰੋਸ਼ਨੀ, ਉਹਦਾ ਚਾਨਣ ਤੇਰੇ ਜੀਵਨ ਚ ਹੋਵੇਗਾ, ਤੇ ਤੇਰੇ ਵਿੱਚ ਹਨੇਰੇ ਵਾਲਾ ਕੋਈ ਕੰਮ ਨਹੀਂ ਰਹੇ। ਅੱਜ ਦਾ ਵਿਸ਼ਵਾਸੀ ਕੀ ਕਰਦਾ ਪਿਆ? ਹਨੇਰੇ ਵਾਲੇ ਕੰਮ। ਲੋਕ ਕਹਿੰਦੇ ਆ ਯਿਸੂ ਮਸੀਹ ਨੂੰ ਮੰਨਦਾ, ਗ੍ਰਹਿਣ ਕਰ, ਕੀ ਕਹਿੰਦੇ? ਅਸੀਂ ਕ੍ਰਿਸਚਨ ਧਰਮ ਅਪਣਾ ਲਿਆ ਜੀ, ਲੋਕਾਂ ਨੂੰ ਪਤਾ ਹੀ ਨਹੀਂ। ਕਹਿੰਦਾ ਯਿਸੂ ਮਸੀਹ ਨੇ ਤਾਂ ਪਰਮੇਸ਼ਰ ਨੇ ਤਾਂ ਤੈਨੂੰ ਦੁਨੀਆਂ ਦੀ ਨੀਂਹ ਧਰਮ ਤੋਂ ਪਹਿਲਾਂ ਚੁਣਿਆ। ਤੂੰ ਪਰਮੇਸ਼ਰ ਨੂੰ ਚੁਣਿਆ, ਪਰਮੇਸ਼ਰ ਨੇ ਸਾਨੂੰ ਚੁਣਿਆ। ਅਸੀਂ ਰੱਬ ਨੂੰ ਨਹੀਂ ਚੁਣਿਆ, ਰੱਬ ਨੇ ਸਾਨੂੰ ਚੁਣਿਆ। ਹਨੇਰੇ ਚੋਂ ਬਾਹਰ ਆ ਜਾਓ, ਸਮੇਂ ਤੁਹਾਡੀ ਹੋਣ। ਕਹਿੰਦਾ ਪ੍ਰਕਾਸ਼ ਹੋਣ ਦੇ ਸਮੇਂ ਤੁਹਾਡੇ ਉੱਤੇ ਹੋਣ ਵਾਲੀ ਕਿਰਪਾ, ਦਇਆ। ਅੱਗੇ ਪੜ੍ਹਦੇ ਹੋ, ਅਤੇ ਆਗਿਆਕਾਰ ਬੱਚਿਆਂ ਵਾਂਗੂ ਆਪਣੀ ਅਗਿਆਨਤਾ ਦੇ ਪਹਿਲੇ ਸਮੇਂ ਦੀਆਂ ਕਾਮਨਾ ਦੇ ਸਰੂਪ ਜਿਹੇ ਨਾ ਬਣੋ, ਸਗੋਂ ਜਿਵੇਂ ਤੁਹਾਡਾ ਸੱਦਰ ਵਾਲਾ ਪਵਿੱਤਰ ਹੈ, ਤੁਸੀਂ ਆਪ ਵੀ ਤਿਵੇਂ ਹੀ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ। ਕੀ ਲਿਖਿਆ?
ਤੁਹਾਡੇ ਉੱਤੇ ਹੋਣ ਵਾਲੀ ਅਤੇ ਆਗਿਆਕਾਰੀ ਬੱਚਿਆਂ ਵਾਂਗ ਆਗਿਆ ਕਰੋ। ਅੱਜ ਦੇ ਬੱਚੇ ਜਿਹੜੇ ਆਪਣੇ ਮਾਂ ਬਾਪ ਦੀ ਕਦਰ ਨਹੀਂ ਕਰ ਸਕਦੇ ਖੁਦਾ ਨੂੰ ਜਾਣਦੇ, ਜਿਹੜਾ ਆਪਣੇ ਅਗੂਏ ਦੀ ਕਦਰ ਨਹੀਂ ਕਰ ਸਕਦੇ ਉਹ ਪਰਮੇਸ਼ਰ ਨੂੰ ਹੀ ਜਾਣਦੇ, ਜਿਨ੍ਹਾਂ ਖੁਦਾ ਦਾ ਡਰ ਨਹੀਂ ਰੱਖਿਆ ਉਹ ਇਨਸਾਨ ਦਾ ਡਰ ਕੀ ਰੱਖਣਗੇ। ਹਾਲੇਲੂਯਾ, ਹਾਲੇਲੂਯਾ। ਆਪਣੀ ਅਗਿਆਨਤਾ ਕਹਿੰਦਾ ਆਪਣੇ ਗਿਆਨ ਦੇ ਨਾਲ ਨਹੀਂ, ਦੇ ਪਹਿਲੇ ਸਮੇਂ ਦੀਆਂ ਗੱਲਾਂ ਕਹਿੰਦਾ ਜਿੱਦਾਂ ਤੂੰ ਪਹਿਲਾਂ ਸਿਖਾਉਂਦਾ, ਪਹਿਲਾਂ ਕੀ ਕਰਦੇ ਸੀ, ਮੂਰਖ ਪੌਣਾ ਕਰਦੇ ਸੀ, ਝਗੜਦੇ ਸੀ, ਪਿਆਰ ਕਰਦੇ ਸੀ, ਛੋਟੀ ਛੋਟੀ ਗੱਲ ਪਿੱਛੇ ਲੜਾਈ ਕਰਦੇ, ਜਗ੍ਹਾ ਬਦਲੀ, ਗਾਲਾਂ ਮੰਦੀਆਂ ਗੱਲਾਂ, ਬੁਰੀਆਂ ਗੱਲਾਂ ਕਰਨੀਆਂ, ਠੱਠੇ ਕਰਨੇ, ਮਜ਼ਾਕ ਕਰਨੇ, ਹਰਾਮਕਾਰੀ ਕਰਨੀ, ਇਹਨਾਂ ਦੇ ਕੰਮ ਅਸੀਂ ਪਹਿਲਾਂ ਕਰਦੇ। ਕਹਿੰਦਾ ਪਹਿਲੇ ਸਮੇਂ ਦੀਆਂ ਕਾਮਨਾ ਦੇ ਸਰੂਪ ਜਿਹੇ ਨਾ ਬਣੋ। ਕਹਿੰਦਾ ਹੁਣ ਤੈਨੂੰ, ਤੂੰ ਮਸੀਹ ਵਿੱਚ ਜਨਮ ਲੈ ਲਿਆ, ਮਸੀਹ ਨੇ ਤੈਨੂੰ, ਪ੍ਰਭੂ ਯਿਸੂ ਮਸੀਹ ਨੇ ਤੈਨੂੰ ਚੁਣ ਲਿਆ ਆਪਣੇ ਰਾਜ ਦੇ ਲਈ, ਆਪਣੀ ਗਵਾਹੀ ਦੇ ਲਈ, ਆਪਣੀ ਮਹਿਮਾ ਦੇ ਲਈ। ਕਹਿੰਦਾ ਹੁਣ ਤੂੰ ਉਹ ਕੰਮ ਨਾ ਕਰ, ਕੀ ਕਰ, ਸਗੋਂ ਜਿਵੇਂ ਤੇਰਾ ਸੱਦਣ ਵਾਲਾ ਪਵਿੱਤਰ ਹੈ, ਤੁਸੀਂ ਤਿਵੇਂ ਹੀ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ। ਅੱਜ ਕੀ ਆ ਵਿਸ਼ਵਾਸੀ, ਟੇਢੀ ਮੇਢੀ ਚਾਲ ਚੱਲਦਾ, ਕਿਹੜੀ ਚਾਲ ਚੱਲਦਾ, ਚਾਲ ਵੀ ਵਧੀਆ ਹੋਣੀ ਚਾਹੀਦੀ। ਜਦ ਕੋ ਕੁੜੀ ਦਾ ਰਿਸ਼ਤਾ ਦੇਖਣ ਆਉਂਦੇ ਆ ਜਾਂ ਮੁੰਡੇ ਦਾ ਦੇਖਣ ਆਉਂਦੇ ਆ ਤੇ ਕੀ ਕਹਿੰਦੇ, ਕੁੜੀ ਮੁੰਡੇ ਦਾ ਚਾਲ ਚੱਲਣ ਕੀ ਹੋ ਜਾਓ ਪਿੰਡ ਵਿੱਚੋਂ ਪਤਾ ਕਰਦੇ ਆ, ਇਹ ਘਰਦਿਆਂ ਦਾ ਸੁਭਾਅ ਕਿੱਦਾਂ ਦਾ ਹੈ। ਆ ਜਿੱਦਾਂ ਦੇ ਪੰਜਾਬ ਦੇ ਹਾਲਾਤ ਰਹੇਗਾ, ਬੜੇ ਨੌਜਵਾਨ ਨਸ਼ਿਆਂ ਦੇ ਵਿੱਚ ਰਹਿ ਤੇ ਕੀ ਹੈ, ਲੋਕ DNA ਟੈਸਟ ਵੀ ਕਰਾਉਣ ਲੱਗ ਪਏ, ਡਾਕਟਰੀ ਕਰਾ ਕੇ ਵੀ ਮੈਰਿਜ ਕਰਦੇ, ਤਾਂ ਕੀ ਕਹਿੰਦੇ ਆ ਕੁੜੀ ਮੁੰਡੇ ਦੀ ਡਾਕਟਰੀ ਕਰਾਓ ਭਾਈ, ਇਹਨਾਂ ਦੇ ਵਿੱਚ ਕੋਈ ਬਿਮਾਰੀ ਤਾਂ ਨਹੀਂ, ਤਾਂ ਜਾ ਕੇ ਜਿਹੜਾ ਇਹਨਾਂ ਤੋਂ ਪੈਦਾ ਹੋਵੇ ਕੀ ਆ ਉਹ ਬਿਮਾਰ ਨਾ ਚੰਗਾ ਪੈਦਾ ਹੋਵੇ, ਅੱਛਾ ਪੈਦਾ ਹੋਵੇ। ਹਾਲੇਲੂਯਾ, ਕਹਿੰਦਾ ਆਪਣੀ ਚਾਲ ਵਿੱਚ ਵੀ ਪਵਿੱਤਰ ਬਣੋ, ਤੁਹਾਡਾ ਚਾਲ ਚੱਲਣ ਵੀ ਠੀਕ ਹੋਣਾ ਚਾਹੀਦਾ। ਕਲੀ ਕਲੀ ਗੱਲ ਦੀ ਪਰਮੇਸ਼ਰ, ਲੇਵੀਆ 11:44 ਵਿੱਚ ਇੱਕ ਆਇਤ ਪੜ੍ਹਾਂਗੇ, 11:44 ਪਰਮੇਸ਼ਰ ਹਾਂ ਤੁਸਾਂ, ਕਹਿੰਦਾ ਤੁਸਾਂ ਸਾਰਿਆਂ ਨੇ ਆਪਣੇ ਆਪ ਨੂੰ ਸ਼ੁੱਧ ਰੱਖਣਾ,
ਆਪਾਂ ਦੁੱਧ ਕਿਹੜੇ ਭਾਂਡੇ ਵਿੱਚ ਪਾਉਣੇ ਸਾਫ਼ ਚੁੰਨੀ ਪਾ 250 ਦੀ ਲਈ ਹੋਵੇ ਜਾਂ ਅਦਰਵਾਈਜ਼ ਮਾੜਾ ਜਿਹਾ ਕਣ ਵੀ ਹੋਵੇ ਤਾਂ ਆਪਾਂ ਫਟਾਫਟ ਫੇਰ ਦਿੰਦੇ ਭਾਂਡੇ ਵਿੱਚ ਠੀਕ ਹੈ ਨੀ ਦੁੱਧ ਖਰਾਬ ਹੋ ਜਾਊਗਾ ਹਾਲੇਲੂਯਾ ਤੁਸੀਂ ਆਪਣੇ ਆਪ ਨੂੰ ਸ਼ੁੱਧ ਰੱਖਣਾ ਤੁਸੀਂ ਪਵਿੱਤਰ ਬਣਨਾ ਮੈਂ ਜੋ ਪਵਿੱਤਰ ਹਾਂ ਪਰਮੇਸ਼ਰ ਕੀ ਹੈ ਬੋਲੋ ਸਾਰੀ ਕਲੀਸਿਆ ਬੋਲੋ ਪਰਮੇਸ਼ਰ ਕੀ ਆ ਉਪਰਿਸ਼ਟ ਜਗ੍ਹਾ ਤੇ ਰਹਿ ਸਕਦਾ ਜੇ ਸਾਡੇ ਵਿੱਚ ਪਾਪ ਹੋਊਗਾ ਅਣ ਆਗਿਆਕਾਰੀ ਹੋਊਗੀ ਅਣ ਆਗਿਆਕਾਰੀ ਹੋਊਗੀ ਸਾਡੇ ਕੋਲ ਰਹੇਗਾ ਪਵਿੱਤਰ ਬਣਨਾ ਮੈਂ ਜੋ ਪਵਿੱਤਰ ਹਾਂ ਤੁਸਾਂ ਨਾ ਤੁਸਾਂ ਆਪਣੇ ਆਪ ਨੂੰ ਕਿਸੇ ਪ੍ਰਕਾਰ ਦੇ ਘਿਸਣ ਵਾਲੇ ਜੋ ਧਰਤੀ ਉੱਤੇ ਘਿਸਰਦੇ ਹਨ ਭ੍ਰਿਸ਼ਟ ਕਰਦੇ ਅੱਜ ਲੋਕ ਇਹਦੀ ਪੂਜਾ ਕਰਦੇ ਆ ਜਾਨਵਰਾਂ ਪਕਸ਼ੀਆਂ ਕਈ ਲੋਕ ਤਾਂ ਸੱਪ ਨੂੰ ਪੂਜੀ ਕਰਦੇ ਘਿਸਣ ਵਾਲੇ ਦੀ ਸਪੈਸ਼ਲ ਲਿਖਿਆ ਹਾਲੇਲੂਯਾ ਇਸ ਲਈ ਮੇਰੇ ਭੈਣੋ ਤੇ ਭਰਾਓ ਸਾਡਾ ਰੱਬ ਕੀ ਆ ਬੋਲੋ ਸਾਡਾ ਪਰਮੇਸ਼ੁਰ ਕੀ ਆ ਸਾਡਾ ਪਰਮੇਸ਼ੁਰ ਕੀ ਆ ਅਸੀਂ ਕੀ ਬਣਨਾ ਕਿਉਂਕਿ ਬੁਰੇ ਖਿਆਲ ਕਿੱਥੇ ਆਉਂਦੇ ਆ ਕਿੱਥੇ ਆਉਂਦੇ ਜੀ ਬੋਲੋ ਬੁਰੀਆਂ ਚੀਜ਼ਾਂ ਕਿੱਥੇ ਆਉਣੀਆਂ ਉਹ ਬੁਰਾ ਦਿਲ ਪਰਮੇਸ਼ੁਰ ਕਹਿੰਦਾ ਮੈਂ ਜੋ ਪਵਿੱਤਰ ਹਾਂ ਅੱਗੋਂ ਪ੍ਰਭੂ ਯਿਸੂ ਜੀ ਪਤਰਸ ਲਿਖਦਾ ਕਹਿੰਦਾ ਜਿਵੇਂ ਤੇਰਾ ਸੱਦਣ ਵਾਲਾ ਪਵਿੱਤਰ ਹੈ ਤਿਵੇਂ ਤੂੰ ਵੀ ਪਵਿੱਤਰ ਹਾਲੇਲੂਯਾ 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 ਕਿਉਂ ਜੋ ਲਿਖਿਆ ਹੋਇਆ ਹੈ ਭਾਈ ਤੁਸੀਂ ਪਵਿੱਤਰ ਬਣੋ ਇਸ ਲਈ ਮੈਂ ਪਵਿੱਤਰ ਹਾਂ ਇਹ ਕਹਿੰਦਾ ਪਹਿਲਾਂ ਲਿਖਿਆ ਆ ਮੈਂ ਕੋਈ ਨਵੀਂ ਗੱਲ ਤੁਹਾਨੂੰ ਨਹੀਂ ਲਿਖਦਾ ਖਰਾਬ ਚੀਜ਼ ਅਸੀਂ ਖਾਂਦੇ ਆਟਾ ਮਾੜਾ ਜਿਹਾ ਖਮੀਰਾ ਹੋ ਜਾਵੇ ਤਾਂ ਚੱਕ ਕੇ ਬਾਹਰ ਮਾਰ ਦੇ ਕੇ ਕਹਿੰਦੇ ਪੇਟ ਖਰਾਬ ਕਰ ਦੋ ਤੇ ਜੇ ਸਾਡੇ ਵਿੱਚ ਥੋੜਾ ਜਿਹਾ ਖਮੀਰ ਹੋਇਆ ਤੇ ਪਰਮੇਸ਼ਰ ਸਾਨੂੰ ਪਸੰਦ ਕਰੇਗਾ ਬੋਲੋ ਕਰੇਗਾ ਜੇ ਸਾਡੇ ਵਿੱਚ ਥੋੜਾ ਜਿਹਾ ਪਾਪ ਹੋਇਆ ਰੱਬ ਸਾਨੂੰ ਚੰਗਾ ਸਮਝੂ ਦੋਸ਼ ਕਿਉਂ ਦਿੰਦੇ ਆ ਮੇਰੀ ਬਰਕਤ ਰੱਬ ਨੇ ਰੋਕੀ ਇਹਦੇ ਮੈਂ ਕਿਤੇ ਕੰਮ ਕਰਦਾ ਸੀ ਉਹ ਕਹਿੰਦੇ ਰੱਬ ਹੀ ਚੰਗਾ ਮਾੜਾ ਕਰਦਾ ਮੈਂ ਕਹਿੰਦਾ ਨਹੀਂ ਭੈਣ ਜੀ ਰੱਬ ਚੰਗਾ ਹੀ ਕਰਦਾ ਇਨਸਾਨ ਹੀ ਮਾੜਾ ਕਰਦਾ ਹਾਲੇਲੂਯਾ ਮੈਂ ਕਿਹਾ ਤੁਸੀਂ ਆਪਣੇ ਬੱਚਿਆਂ ਦਾ ਮਾੜਾ ਕਰਦੇ ਕਹਿੰਦੇ ਨਹੀਂ ਤੁਹਾਡੇ ਬੱਚੇ ਮੈਂ ਕਿਹਾ ਗਲਤੀ ਕਰਦੇ ਕਹਿੰਦੇ ਕਰਦੇ ਮੈਂ ਕਿਹਾ ਤੁਸੀਂ ਉਹਨਾਂ ਨੂੰ ਮਾਫ਼ ਕਰਦੇ ਕਹਿੰਦੇ ਕਰਦੇ ਤੇ ਫਿਰ ਮੈਂ ਕਿਹਾ ਰੱਬ ਕਿੱਦਾਂ ਨੀ ਮਾਫ਼ ਕਰਦਾ ਮੰਨ ਕੇ ਤਾਂ ਵੇਖੋ ਚੱਲ ਕੇ ਤਾਂ ਵੇਖੋ ਰੱਬ ਦੇ ਨਾਲ ਪੁਕਾਰ ਕੇ ਤਾਂ ਵੇਖੋ ਉਹਦੇ ਤੇ ਆਸਥਾ ਰੱਖ ਕੇ ਦੇਖੋ ਰੱਬ ਕਿੱਦਾਂ ਨੀ ਮਾਫ਼ ਕਰਦਾ ਇਹਨਾਂ ਕੀੜੀ ਵੱਲ ਵੇਖ ਉਹਦਾ ਕੋਈ ਆਗੂ ਨੀ ਪਰ ਫਿਰ ਵੀ ਕਿੱਥੇ ਜਾਂਦੀ ਹੈ ਕਤਾਰ ਵਿੱਚ ਲਾਈਨ ਵਿੱਚ ਜਾਂਦੀ ਹੈ ਬਾਰਿਸ਼ ਹੋਣ ਤੋਂ ਪਹਿਲਾਂ ਕੀ ਕਰਦੀ ਆ ਆਪਣਾ ਖਾਦਾ ਜਮ੍ਹਾਂ ਕਰਦੀ ਆ ਇਨਸਾਨ ਬਿਫਤਾ ਪੈਣ ਤੇ ਰੱਬ ਨੂੰ ਯਾਦ ਕਰਦਾ ਪਹਿਲਾਂ ਯਾਦ ਨੀ ਕਰਦਾ ਜਦ ਬੈੱਡ ਤੇ ਪਿਆ ਹੁੰਦਾ ਹਾੜੇ ਕੱਢਦਾ ਹੁੰਦਾ ਵਾਸ਼ਰੂਮ ਵੀ ਕੀ ਕਹਿੰਦੇ ਦੋ ਭਰਾ ਫੜ ਕੇ ਲੈ ਕੇ ਜਾਂਦੇ ਆ ਆ ਕਰਾ ਦਿਓ ਭਾਈ
ਜਾਂ ਰਿਸ਼ਤੇਦਾਰ ਵੀ ਮੂੰਹ ਮੋੜ ਲੈਂਦੇ ਉਦੋਂ ਵਿਹਾੜੇ ਕੱਢਦਾ, ਰੱਬਾ ਹੁਣ ਬਚਾ ਲਾ ਮੈਨੂੰ ਇੱਕ ਵਾਰੀ, ਕਹਿੰਦਾ ਪਹਿਲਾਂ ਹੀ ਤੋਬਾ ਕਰ ਲੈਂਦਾ, ਪਹਿਲਾਂ ਹੀ ਪਾਪ ਨਾ ਕਰਦਾ, ਹੁਣ ਕਹਿੰਦਾ ਰੋਲੀ ਪਾਉਂਦੇ ਆ ਮੈਨੂੰ ਬਚਾ ਲਾ ਮੈਨੂੰ ਬਚਾ ਲਾ, ਪਹਿਲਾਂ ਹੀ ਪਾਪਾਂ ਦਾ ਤੋਬਾ ਪਹਿਲਾਂ ਆਪਣਾ ਅੰਗੀਕਾਰ ਕਰ ਲੈਂਦਾ। ਉਹ ਤਾਂ ਕਹਿੰਦਾ ਮੇਰੀ ਪਿਆਉੜਾ ਚ ਬੜੀ ਜਾਨ ਹੈ, ਮੈਂ ਨਹੀਂ ਜਾਣਦਾ ਕਿਸੇ ਰੱਬ ਨੂੰ ਤੋਂ। ਯਾਰ ਫਿਸ਼ਤਾਨ ਕਹਿੰਦਾ ਆ ਜਾ ਹੁਣ ਤੈਨੂੰ ਉੜ ਕੇ ਲੈ ਜਾ, ਫਿਰ ਨਾਲੇ ਪੈਸੇ ਦਿੰਦੇ ਨਾਲੇ ਹਾੜੀ ਕੱਢਦੇ ਨਾਲੇ ਬੇਨਤਾ ਕਰਦੇ ਆ ਵੀ ਡਾਕਟਰ ਸਾਹਿਬ ਬਚਾ ਲਓ ਮਿੰਨਤ ਵਾਲੀ ਗੱਲ ਹੈ ਪੈਸੇ ਦਿੰਦੇ ਮਰ। ਉਹ ਡਾਕਟਰ ਵੀ ਅੱਗੋਂ ਕਹਿੰਦਾ ਮੈਂ ਕੀ ਕਰ ਸਕਦਾ, ਹੁਣ ਤਾਂ ਉਹਦੇ ਤੇ ਰੱਬ ਹੀ ਬਚਾਊਗਾ ਤੈਨੂੰ। ਇਦੋਂ ਪਹਿਲਾਂ ਜੇ ਇੱਥੋਂ ਤੱਕ ਨੌਬਤ ਆਵੇ ਪਹਿਲਾਂ ਹੀ ਆਪਣੇ ਪਾਪਾਂ ਦਾ ਅੰਗੀਕਾਰ ਕਰ ਲਓ, ਜਿੱਦਾਂ ਸਾਡੇ ਸੱਦਣ ਵਾਲਾ ਪਵਿੱਤਰ ਆ ਇਹਦਾ ਆਪ ਵੀ ਪਵਿੱਤਰ ਬਣ ਜਾਓ, ਆਪਣੇ ਆਪ ਨੂੰ ਸ਼ੁੱਧ ਕਰ ਲਓ, ਬੁਰੀਆਂ ਗੱਲਾਂ ਮਨਾਂ ਦੇ ਵਿੱਚੋਂ ਕੱਢ ਦਿਓ। ਅੱਗੋਂ ਪੜ੍ਹਦੇ ਹੋ ਬੋਲਦੇ ਹੋ ਕੀ ਗੱਲ ਹੋ ਗਈ ਇੱਕ ਦੂਜੇ ਤੋਂ ਮੂੰਹ ਜੇ ਤੁਸੀਂ ਪਿਤਾ ਕਰਕੇ ਉਹਦੀ ਦੁਹਾਈ ਦਿੰਦੇ ਹੋ ਜਿਹੜਾ ਹਰੇਕ ਕੰਮ ਦੇ ਅਨੁਸਾਰ ਬਿਨਾਂ ਪੱਖਪਾਤ ਨਿਯੋਗ ਕਰਦਾ ਹੈ, ਕਹਿੰਦਾ ਉਹ ਕਿਸੇ ਦਾ ਪੱਖ ਨਹੀਂ ਕਰਦਾ। ਉਹ ਕਹਿੰਦਾ ਰੁਪਈਆ ਨਾਲ ਕੋਈ ਕਹਿੰਦਾ ਵਧੀਆ ਘਰ ਦੇ ਵਾਲੇ ਸਜਾਇਦ ਰੱਬ ਚੰਗਾ ਕਰ ਦੂ, ਨਹੀਂ ਉਹ ਕਹਿੰਦਾ ਜਿਹੜਾ ਆਪਣੇ ਪਾਪਾਂ ਦਾ ਅੰਗੀਕਾਰ ਕਰੂਗਾ ਤੋਬਾ ਕਰੂਗਾ ਆਪਣੇ ਆਪ ਨੂੰ ਸ਼ੁੱਧ ਕਰੂਗਾ ਉਹੀ ਸਵਰਗ ਵਿੱਚ ਜਾਊਗਾ, ਉਹਦੇ ਹੀ ਪਾਪ ਮਾਫ ਹੋਣਗੇ। ਜਿਹੜਾ ਕਹਿੰਦਾ ਪੁਰਾਣਾ ਪੁਰਾਣਾ ਜੀਵਨ ਨਾਲ ਲੈ ਕੇ ਨਾ ਚੱਲੇ, ਛੱਡ ਦਿੱਤਾ ਤੇ ਛੱਡ ਦਿੱਤਾ, ਤੇ ਕਹਿੰਦਾ ਆਪਣੀ ਮੁਸਾਫਰੀ ਦਾ ਸਮਾਂ ਅੱਜ ਬੰਦੇ ਦਾ ਕੀ ਭਰੋਸਾ ਕਦੋਂ ਚਲੇ ਜਾਣਗੇ। ਆ ਜਿਹੜੇ ਜਵਾਨ ਮਰੇ ਆ ਇਹ ਤਾਂ ਆਪਣੇ ਘਰਾਂ ਪਰਿਵਾਰਾਂ ਵਿੱਚ ਜਾ ਰਹੇ ਸੀਗੇ, ਉਹਨਾਂ ਨੂੰ ਪਤਾ ਸੀਗਾ ਕਿ ਸਾਡੇ ਨਾਲ ਇਹ ਹਾਦਸਾ ਹੋਊਗਾ, ਸਾਡੇ ਨਾਲ ਇਹ ਇੰਸੀਡੈਂਟ ਹੋਊਗਾ, ਇਹ ਹੈਪਨ ਇਸ ਲਈ ਸਮੇਂ ਰਹਿੰਦੇ ਆ ਕੀ ਕਰ ਲਓ ਆਪਣੇ ਪਾਪਾਂ ਤੋਂ ਤੋਬਾ ਕਰ ਲਓ, ਆਪਣੇ ਆਪ ਨੂੰ ਸ਼ੁੱਧ ਕਰ ਲਓ। ਨਹੀਂ ਤਾਂ ਮੇਰੇ ਭੈਣੋ ਤੇ ਭਰਾਓ ਗੁਲਾਮ ਚ ਲਿਖਿਆ ਜਿਹੜਾ ਪਾਪ ਆ ਉਹਦੀ ਮਜ਼ਦੂਰੀ ਕੀ ਆ, ਉਹਦੀ ਮਜ਼ਦੂਰੀ ਕੀ ਆ, ਕੋਈ ਨਾ ਕੋਈ ਫਿਰ ਬਿਮਾਰੀ ਲੱਗਦੀ ਤੇ ਬੰਦਾ ਫਿਰ ਮੌਤ ਦੇ ਮੂੰਹ ਚ ਜਾਂਦਾ। ਅੱਜ ਬਿਮਾਰੀਆਂ ਸਾਡੇ ਪਾਪ ਦਾ ਕਰਕੇ ਆ, ਅੱਜ ਮੁਸ਼ਕਲਾਂ ਸਾਡੇ ਪਾਪ ਦਾ ਕਰਕੇ ਆ, ਕੋਈ ਜਾਦੂ ਟੂਣਾ ਨਹੀਂ ਕਰਦਾ, ਸਾਡਾ ਪਾਪ ਹੀ ਸਾਡੇ ਆੜੇ ਆਉਂਦਾ। ਉਹ ਕਹਿੰਦਾ ਤੇਰੇ ਤੇ ਤੇਰੇ ਰੱਬ ਵਿੱਚ ਤੇਰੇ ਪਾਪ ਨੇ ਜੁਦਾਈ ਪਾਈ ਹੋਈ ਆ, ਤੇਰੇ ਭੈੜਿਆ ਰਾਹਾਂ ਨੇ ਜੁਦਾਈ ਪਾਈ ਹੋਈ ਆ। ਕਹਿੰਦਾ ਰੱਬ ਰੱਬ ਕਹਿਣ ਨਾਲ ਨਹੀਂ, ਰੱਬ ਦੇ ਅੱਗੇ ਬਹਿਣ ਨਾਲ ਰੱਬ ਮਿਲਦਾ। ਹਾਲੇਲੂਯਾ ਹਾਲੇਲੂਯਾ ਹਾਲੇਲੂਯਾ। ਅਸੀਂ ਮੁਸਾਫਰ ਆ ਮੇਰੇ ਭੈਣਾਂ ਦੇ ਭਰਾਓ, ਸਭ ਨੂੰ ਬਾਰੋ ਬਾਰੀ ਜਾਣਾ ਪੈਣਾ, ਕਿਉਂ ਨਾ ਭੈ ਦੇ ਨਾਲ ਦਿਨ ਕੱਟੋ, ਕਿਉਂ ਅਸੀਂ ਲੜਾਈਆਂ ਝਗੜਿਆਂ ਰਗੜਿਆਂ ਦੇ ਵਿੱਚ ਫਸੇ। ਕੀ ਕਹਿੰਦਾ ਭਾਈ ਘੰਟੇ ਫਿਲਮ ਦੇਖਣ ਨੂੰ ਸਮਾਂ ਹੈਗਾ, ਜਦ ਬੰਦਗੀ ਪ੍ਰਾਰਥਨਾ ਕਰਦੇ ਕੀ ਕਹਿੰਦੇ ਗੋਡੇ ਹੀ ਸੌਂ ਦਿੱਤੇ ਹੱਥ ਹੀ ਸੌਂ ਦੇ ਸੌਂ ਲੈਣ ਦੀ, ਕਿੰਨਾ ਕੁਛ ਸੁੱਤੇ ਹੀ ਪਏ ਕਿਹੜਾ ਕੁਛ ਕੀਤੇ ਪਏ, ਗੋਡੇ ਹੀ ਗੋਡੇ ਸੌਂ ਹੀ ਗਏ ਕਿਹੜੀ ਗੱਲ।
ਨੇਕੀ ਕਰ ਜਿਹੜਾ ਕਿਤੇ ਚਲੇ ਗਿਆ ਸੌਣ ਗਿਆ ਉਹਨਾਂ ਨੇ ਵੀ ਤਾਂ ਸੌਣਾ ਹੀ ਆ ਤੁਸੀਂ ਆਪਣਾ ਧੰਨਵਾਦ ਤਾਂ ਮੁੱਢਲਾ ਕਰਨਾ ਕਿਹੜਾ ਜੁੜਿਆ ਨਾ ਕਰੋ ਹਾਲੇਲੂਯਾ ਇਨਸਾਨ ਸੋਚਦਾ ਸਾਫ ਹੀ ਕਲੀਅਰ ਕੀਤਾ ਤੁਹਾਡੇ ਵੱਡਿਆਂ ਤੋਂ ਚਲੀ ਆਈ ਨਿਸਤਾਰਾ ਪਾਇਆ ਸੋ ਨਾਸ਼ਵਾਨ ਵਸਦਾ ਅਰਥਾਤ ਚਾਂਦੀ ਸੋਨੇ ਨਾਲ ਨਹੀਂ ਅੱਜ ਕਹਿੰਦਾ ਮੈਂ ਡਾਕਟਰ ਨੂੰ ਰੁਪਈਏ ਦੇ ਕੇ ਚੰਗਾ ਹੋ ਜੂਗਾ ਕਹਿੰਦਾ ਇੱਦਾਂ ਨੀ ਚੰਗਾ ਹੁੰਦਾ ਕਹਿੰਦਾ ਕਿਹੜੇ ਲਹੂ ਦੇ ਨਾਲ ਸਗੋਂ ਮਸੀਹ ਦੇ ਅਮੋਲਕ ਲਹੂ ਨਾਲ ਪਾਇਆ ਜਿਹੜਾ ਨੇਕ ਕਲੰਕ ਤੇ ਬੇਦਾਗ ਲੇਲੇ ਦੀ ਨਿਆਈ ਸੀ ਜਿਹਦੇ ਵਿੱਚ ਕੋਈ ਦਾਗ ਨਹੀਂ ਸੀ ਹਾਲੇਲੂਯਾ ਹਾਲੇਲੂਯਾ ਕਹਿੰਦਾ ਤੂੰ ਆਪਣੇ ਰੁਪਈਏ ਦੇ ਨਾਲ ਆਪਣੇ ਪੈਸਿਆਂ ਦੇ ਨਾਲ ਆਪਣੀਆਂ ਗੱਲਾਂ ਨਾਲ ਛੁਟਕਾਰਾ ਨਹੀਂ ਪਾਇਆ ਯਿਸੂ ਮਸੀਹ ਦੇ ਲਹੂ ਨਾਲ ਛੁਟਕਾਰਾ ਪਾਇਆ ਇਸ ਲਈ ਕਹਿੰਦਾ ਧਿਆਨ ਰੱਖ ਤੇਰੇ ਸੱਦਣ ਵਾਲਾ ਪਵਿੱਤਰ ਹੈ ਹਾਗੋ ਪੜ੍ਹਦੇ ਹੋ ਉਹ ਤਾਂ ਜਗਤ ਦੀ ਨੀਂਹ ਧਰਮ ਤੋਂ ਅੱਗੋਂ ਹੀ ਥਾਪਿਆ ਗਿਆ ਸੀ ਸਮਿਆਂ ਦੇ ਅੰਤ ਵਿੱਚ ਤੁਹਾਡੇ ਲਈ ਪ੍ਰਗਟ ਹੋਇਆ ਕਹਿੰਦਾ ਉਹ ਤਾਂ ਪਹਿਲਾਂ ਹੀ ਥਾਪਿਆ ਗਿਆ ਸੀ ਨਾ ਪਰ ਕਹਿੰਦਾ ਸਮੇਂ ਦੇ ਅੰਤ ਵਿੱਚ ਪਰਮੇਸ਼ਰ ਨੇ ਇਨਸਾਨ ਦੀ ਦੁਹਾਈ ਨੂੰ ਸੁਣਿਆ ਹਾਲੇਲੂਯਾ ਇਸ ਲਈ ਮੇਰੇ ਭੈਣੋਂ ਤੇ ਭਰਾਓ ਅੱਜ ਯਿਸੂ ਸਾਡੇ ਵਿੱਚ ਜਿੰਦਾ ਹੈ ਅੱਜ ਸਾਡੇ ਵਿੱਚ ਪ੍ਰਗਟ ਹੈ ਹੋ ਗਿਆ ਅੱਗੇ ਪੜ੍ਹ ਜਿਹੜੇ ਉਹਦੇ ਰਾਹੀਂ ਪਰਮੇਸ਼ਰ ਉੱਤੇ ਨੇਚਰ ਰੱਖਦੇ ਰੱਖਦੇ ਹੋ ਜਿਨ੍ਹਾਂ ਨੂੰ ਉਹ ਮੁਰਦਿਆਂ ਵਿੱਚੋਂ ਅਸੀਂ ਮੁਰਦੇ ਸੀਗੇ ਸਾਨੂੰ ਜਵਾਲਿਆ ਅਤੇ ਉਹਨੂੰ ਮਹਿਮਾ ਦਿੱਤੀ ਤਾਂ ਜੋ ਤੁਹਾਡੀ ਨੇਚਾ ਅਤੇ ਆਸ ਪਰਮੇਸ਼ਰ ਉੱਤੇ ਕਿਹਦੇ ਉੱਤੇ ਹੋਵੇ ਕਿਹਦੇ ਉੱਤੇ ਹੋਵੇ ਅੱਜ ਕਿਹਦੇ ਦੀ ਕਹਿੰਦੇ ਬੀਪੀ ਵੱਧ ਗਿਆ ਗੋਲੀ ਖਾ ਲਓ ਉਹ ਘੱਟ ਗਿਆ ਉਹਦੀ ਵੀ ਖਾ ਲਓ ਹਾਲੇਲੂਯਾ ਅੱਜ ਸਾਡੀ ਆਸ ਪਰਮੇਸ਼ਰ ਦੀ ਕਿ ਮੇਰਾ ਰੱਬ ਯਹੋਵਾ ਹੈ ਬੜਾ ਕੁਦਰਤ ਹਾਲੇਲੂਯਾ ਉਹ ਸਭ ਕੁਛ ਕਰ ਹਾਲੇਲੂਯਾ ਤੁਸਾਂ ਜੋ ਸੱਤ ਦੇ ਅਧੀਨ ਪ੍ਰਭੂ ਯਿਸੂ ਜੀ ਰਾਸ ਚਾਹੀਦਾ ਸੱਤ ਦੇ ਅਧੀਨ ਹੋ ਕੇ ਆਪਣੀਆਂ ਜਾਨਾਂ ਨੂੰ ਭਰਪਣ ਦੇ ਨਿਸ਼ਕਪ ਪ੍ਰੇਮ ਕਹਿੰਦਾ ਤੁਹਾਡਾ ਪ੍ਰੇਮ ਕਿੱਦਾਂ ਦਾ ਹੋਵੇ ਸਵਾਰਥੀ ਸਾਡਾ ਪ੍ਰੇਮ ਕਿੱਦਾਂ ਦਾ ਪ੍ਰਭੂ ਅਸੀਂ ਤੈਨੂੰ ਤਦ ਮੰਨਾਂਗੇ
ਜੇ ਕਿਤੇ ਵਧੀਆ ਜੀ ਗੱਡੀ ਦੇ ਦਿੰਦੀ। ਹਾਲੇਲੂਇਆ, ਹਾਲੇਲੂਇਆ। ਕੀ ਕਹਿੰਦੇ ਆ, ਸਾਡਾ ਆਹ ਕੰਮ ਹੋਣਾ ਚਾਹੀਦਾ, ਫਿਰ ਅਸੀਂ ਪ੍ਰਭੂ ਨੂੰ ਕਬੂਲ ਕਰਾਂਗੇ, ਫਿਰ ਤੌਬਾ ਕਰਾਂਗੇ, ਫਿਰ ਬਪਤਿਸਮਾ ਲਵਾਂਗੇ। ਕਹਿੰਦਾ ਜੇ ਤੂੰ ਪਰਮੇਸ਼ਰ ਨੂੰ ਮੰਨਣਾ ਤੇ ਨਿਸ਼ਕਪਟ ਮੰਨ, ਉਹ ਤੇਰੇ ਬਾਰੇ ਜਾਣਦਾ। ਲੈ ਭਾਜੀ ਅਸੀਂ ਚੰਗੇ ਹੋ ਗਏ, ਕਿਹੜੀ ਗੱਲ ਆ, ਅਸੀਂ ਹੁਣ ਤੌਬਾ ਕਰ ਹੀ ਲੈਣੀ ਹੈ, ਬਪਤਿਸਮਾ ਲੈ ਹੀ ਲੈਣਾ। ਖੁਦਾ ਦਾ ਦਾਸ ਕਹਿੰਦਾ ਚੱਲ ਕੋਈ ਗੱਲ ਨੀ, ਅਸੀਂ ਦੁਆ ਕਰਦੇ ਅੱਜ ਨਹੀਂ ਤੇ ਕੱਲ, ਰੱਬ ਵੀ ਤਾਂ ਬੈਠਾ ਹੀ ਆ, ਦੇਖਦਾ ਹੀ ਪਿਆ। ਦੂਸਰਾ ਪੱਤਰ ਚ ਲਿਖਿਆ ਕਹਿੰਦਾ ਕੋਈ ਨੀ ਕਹਿੰਦਾ, ਉਹ ਕਹਿੰਦਾ ਦੁਨੀਆਂ ਕਹਿੰਦੀ ਆ ਪਰਮੇਸ਼ੁਰ ਖਾਲੀ ਦੇਖਦਾ ਜੀ, ਕਹਿੰਦਾ ਮੱਠੇ ਦਾ ਭਰਮ ਨਾ ਕਰ, ਪਰਮੇਸ਼ੁਰ ਕਹਿੰਦਾ ਕੋਈ ਜਾਨ ਨਾਸ਼ ਨਾ ਹੋਵੇ, ਇਸ ਲਈ ਤੌਬਾ ਕਰੋ। ਅੱਜ ਅਸੀਂ ਵੇਹ ਨਹੀਂ ਕਰਦੇ, ਆਹ ਕੰਮ ਸਾਡਾ ਆਹ ਹੋਇਆ ਨੀ, ਅਸੀਂ ਹੁਣ ਮੰਨਣਾ। ਉਹ ਸਾਰੀਆਂ ਸੰਗਤਾਂ ਲੈ ਕੇ ਸਾਰਾ ਕੁਛ ਕਰਾ ਕੇ ਜਦ ਵੀ ਅਸੀਂ ਪਰਮੇਸ਼ੁਰ ਨੂੰ ਛੱਡ ਜਾਂਦੇ ਹਾਂ, ਫਿਰ ਪਾਪ ਚੋਜਨ ਰਿਸ਼ਤਾ ਹੱਸਦਾ, ਕਹਿੰਦਾ ਦੇਖਿਆ ਹੁਣ ਇਹਨੂੰ ਮੌਤ ਖਰੀਦ ਲਈ, ਹੁਣ ਮੈਂ ਇਹਨੂੰ ਮੰਨ ਲਿਆ। ਬੜਾ ਹਾਲੇਲੂਇਆ ਦੇ ਉੱਚੇ ਉੱਚੇ ਨਾਰੇ ਲਾਉਂਦਾ ਸੀ। ਭਰਾਵਾਂ ਭਰਾਵਾਂ ਵਿੱਚ ਵੀ ਪ੍ਰੇਮ ਹੋਵੇ, ਇਹ ਰੱਖ ਕੇ ਨਾ ਪ੍ਰੇਮ ਕਰੋ ਕਿ ਇਹ ਬੜਾ ਤਕੜਾ, ਇਹਦੇ ਕੋਲੋਂ ਸ਼ਾਇਦ ਮੈਨੂੰ ਜ਼ਿਆਦਾ ਮਾਇਆ ਮਿਲੂਗੀ। ਇਹ ਆਸ ਰੱਖੋ ਕਿ ਮੇਰਾ ਪਰਮੇਸ਼ੁਰ ਜ਼ਿਆਦਾ ਮੇਰੇ ਲਈ ਸਭ ਕੁਛ ਮੁਹੱਈਆ ਕਰ ਸਕਦਾ। ਹਾਲੇਲੂਇਆ, ਮੇਰੇ ਲਈ ਕੀ ਕਰ ਸਕਦਾ, ਸਭ ਕੁਛ, ਜਿਹੜਾ ਮੇਰੇ ਥੋੜੇ ਵਿੱਚ ਬਰਕਤ ਪਾ ਸਕਦਾ ਉਹ ਤੁਹਾਨੂੰ ਵੀ ਬਰਕਤ ਦੇ ਸਕਦਾ। ਕਹਿੰਦਾ ਉਹ ਵਿਧਵਾ, ਉਹ ਨਿਆਣ ਵਿਧਵਾ ਦੇ ਕੋਲ ਦੋ ਹੀ ਦਮਣੀਆਂ ਸੀਗੀਆਂ, ਹੁਣ ਕਿੱਥੇ ਪਾਤੀਆਂ, ਹਦੀਆ ਆਫਰਿੰਗ ਬੈਗ ਦੇ ਵਿੱਚ ਪਰਮੇਸ਼ੁਰ ਦਿੱਤੀਆਂ। ਪੁੱਛਣ ਲੱਗੇ ਪਤਾ ਸਕੇਨ ਜਾਵਾ ਕਿੱਦਾਂ, ਨਹੀਂ ਉਸ ਵਿਧਵਾ ਨੇ ਜਿਹਦੇ ਕੋਲ ਦੋ ਹੀ ਸੀ, ਜਿਹਦੇ ਕੋਲ ਹੈਗਾ ਉਹ ਤਾਂ ਕੁਛ ਰੱਖ ਕੇ ਦਊਗਾ, ਪਰ ਜਿਹਦੇ ਕੋਲ ਹੈ ਹੀ ਨੀ, ਜਿਹਦੇ ਕੋਲ ਉਹੀ ਆ ਉਹ ਵੇਚਦਾ, ਤੇ ਪਰਮੇਸ਼ੁਰ ਕਹਿੰਦਾ ਜ਼ਿਆਦਾ। ਹਾਲੇਲੂਇਆ, ਅਜੇ ਮਤ ਸੋਚੋ ਅਸੀਂ ਥੋੜੇ ਆ, ਥੋੜਾ ਸਾਡੇ ਕੋਲ ਕੁਛ ਨਹੀਂ, ਧੰਨਵਾਦ ਕਰਿਆ ਕਰੋ ਪਰਮੇਸ਼ੁਰ ਦਾ। ਹਾਲੇਲੂਇਆ, ਨਿਸ਼ਕਪਟ ਪ੍ਰੇਮ ਲਈ ਪਵਿੱਤਰ ਕੀਤੇ ਹੋ, ਕਹਿੰਦਾ ਰੱਬ ਨੇ ਤੁਹਾਨੂੰ ਨਿਸ਼ਕਪਟ ਪ੍ਰੇਮ ਦੇ ਲਈ, ਈਰਖਾ ਵਾਲਾ ਪ੍ਰੇਮ ਨਹੀਂ, ਲਾਲਚ ਵਾਲਾ ਪ੍ਰੇਮ ਨਹੀਂ। ਅੱਜ ਕੀ ਆ, ਆਪ ਤਾਂ ਬਦਨਾਮ ਹੁੰਦੇ ਨਾਲ ਮਸੀਹ ਨੂੰ ਵੀ ਬਦਨਾਮ, ਲੋਕੀ ਕਹਿੰਦੇ ਉਹ ਦੇਖੋ ਮਸੀਹ ਨੂੰ ਮੰਨਣ ਵਾਲੇ ਕੀ ਕਰਦੇ। ਹਾਲੇਲੂਇਆ, ਤਨੋ ਮਨੋ ਇੱਕ ਦੂਏ ਨਾਲ ਗੂੜਾ ਪ੍ਰੇਮ ਰੱਖੋ, ਕਹਿੰਦਾ ਤਨੋ ਮਨੋ ਰੱਖੋ, ਚੀਜ਼ਾਂ ਨਾਲ ਪ੍ਰੇਮ ਨਾ ਰੱਖੋ। ਅੱਜ ਅਸੀਂ ਹੀ ਜ਼ਿਆਦਾਤਰ ਚੀਜ਼ਾਂ ਨਾਲ ਪ੍ਰੇਮ ਰੱਖਦੇ, ਜੇ ਕਿਸੇ ਕੋਲ ਗੱਡੀ ਹੈ ਤੇ ਆਪਾਂ ਉਹਨੂੰ ਭਾਜੀ ਭਾਜੀ ਕਹਿ ਕੇ ਬੁਲਾਵਾਂਗੇ, ਸ਼ਾਇਦ ਤੁਹਾਨੂੰ ਗੇੜਾ ਦੇ ਦੂਗਾ। ਜੇ ਕਿਸੇ ਕੋਲ ਅੱਗੇ ਪਿੱਛੇ ਅੱਗੇ ਲੋਕਾਂ ਕੋਲ ਨੋਕੀਆ ਦੇ ਫੋਨ ਹੁੰਦੇ ਸੀਗੇ, ਉਦੋਂ ਬਾਅਦ ਥੋੜ੍ਹੇ ਜਿਹਾ ਵਧੀਆ ਕੈਮਰੇ ਵਾਲੇ ਫੋਨ ਆ ਗਏ, ਉਹ ਬੜੀ ਰਿਸਪੈਕਟ ਕਰ ਦਿੰਦੇ, ਕਹਿੰਦਾ ਇਹਦੇ ਕੋਲ ਕੈਮਰੇ ਵਾਲਾ ਫੋਨ ਹੈ, ਸ਼ਾਇਦ ਫੋਟੋ ਖਿੱਚੋ। ਬਿਨ ਲਾਲਚ ਤੇ ਸਾਡਾ ਪ੍ਰੇਮ ਦੂਸਰੇ ਨਾਲ, ਅਗਰ ਕੋਈ ਸਾਡੇ ਵਿੱਚੋਂ ਕੋਈ ਮੁਸ਼ਕਲ ਚ ਆ, ਹਾਂਜੀ ਮੁਸ਼ਕਲ ਚ ਲਓ, ਕੋਈ ਨੀ ਆਪਾਂ ਦੁਆ। ਅੱਜ ਲੋਕ ਲਾਲਚ ਦੇ ਨਾਲ ਸਭ ਕੁਛ ਕਰਨਾ ਚਾਹੁੰਦੇ, ਕੀ ਕਹਿੰਦੇ ਸਾਨੂੰ ਬੰਦਗੀ ਨਾ ਕਰਨੀ ਪਵੇ,
ਰੋਜਾ ਵੀ ਪਾਦਰੀ ਸਾਹਿਬ ਰੱਖ ਲੈਣ, ਦੁਆ ਵੀ ਪਾਦਰੀ ਸਾਹਿਬ ਕਰਨ। ਭਾਈ ਜੇ ਰੋਜਾ ਵੀ ਪਾਦਰੀ ਸਾਹਿਬ ਨੇ ਰੱਖਣਾ, ਦੁਆ ਵੀ ਪਾਦਰੀ ਸਾਹਿਬ ਨੇ ਕਰਨੀ ਆ, ਇਹ ਬਰਕਤ ਵੀ ਪਾਦਰੀ ਸਾਹਿਬ ਨੂੰ ਮਿਲਣੀ। ਹਾਲੇਲੂਇਆ, ਹਾਲੇਲੂਇਆ। ਅੱਗੋਂ ਪੜ੍ਹਦੇ ਹੋ, ਕਿਉਂ ਜੋ ਤੁਸੀਂ ਨਾਸ਼ਵਾਨ ਦੁੱਖਾਂ ਤੋਂ ਨਹੀਂ ਸਗੋਂ ਅਵਨਾਸ਼ੀ ਤੋਂ ਪਰਮੇਸ਼ੁਰ ਦੇ ਵਚਨ ਦੇ ਰਾਹੀਂ ਜਿਹੜਾ ਜਿਉਂਦਾ ਅਤੇ ਸਥਿਰ ਹੈ ਨਵੇਂ ਸਿਰਿਓਂ ਜਨਮੇ ਹੋ। ਕਿਉਂ ਜੋ ਤੁਸੀਂ ਨਾਸ਼ਵਾਨ ਦੁੱਖਾਂ ਤੋਂ ਨਹੀਂ, ਕਹਿੰਦਾ ਰੱਬ ਨੇ ਤੁਹਾਨੂੰ ਨਾਸ਼ ਹੋਣ ਦੇ ਲਈ ਨਹੀਂ ਚੁਣਿਆ, ਸਗੋਂ ਅਵਨਾਸ਼ੀ ਪਰਮੇਸ਼ੁਰ ਦੇ ਵਚਨ, ਕਹਿੰਦਾ ਉਹ ਵਚਨ ਜਿਹੜਾ ਜੀਵਨ ਦਾ ਵਚਨ, ਜਿਹੜਾ ਜ਼ਿੰਦਗੀ ਦਾ ਵਚਨ, ਯਿਸੂ ਸ਼ਬਦ, ਉਹਦੇ ਨਾਲ ਕਹਿੰਦਾ ਤੁਸੀਂ ਜਿਉਂਦੇ ਹੋ, ਅਸਥਿਰ ਹੋ ਤੇ ਨਵੇਂ ਸਿਰਿਓ ਜਨਮੇ ਹੋ। ਕਹਿੰਦਾ ਪੁਰਾਣਾ ਖਤਮ ਹੋ ਗਿਆ, ਹੁਣ ਨਵਾਂ। ਇਹ ਵਿਸ਼ਵਾਸੀਓ, ਇਹ ਰੱਬ ਦੇ ਲੋਕੋ, ਕਹਿੰਦਾ ਹਨੇਰੇ ਵਿੱਚੋਂ ਨਿਕਲ ਆਓ, ਹੁਣ ਤੁਸੀਂ ਨਵਾਂ ਜਨਮ ਪਾਇਆ, ਜਿੱਦਾਂ ਤੁਹਾਡੇ ਸੱਦਣ ਵਾਲਾ ਪਵਿੱਤਰ ਆ, ਤੁਸੀਂ ਵੀ ਪਵਿੱਤਰ ਬਣੋ।